ਕਿ ਕਈ ਵਾਰ ਇਹ ਪਿਓ ਪੁੱਤਰ ਤੋਂ ਬਦਲਾ ਲੈ ਰਿਹਾ ਹੈ। ਹੂੰ। ਪੁੱਤਰ ਵੀ ਪਿਓ ਤੋਂ ਬਦਲਾ ਲੈ ਰਿਹਾ ਹੈ। ਇਹਨਾਂ ਲੜਾਈਆਂ ਦੇ ਵਿੱਚ ਤੁਸੀਂ ਸੌ ਨਹੀਂ ਸਕਦੇ। ਬਹੁਤੀਆਂ ਕੌਮਾਂ ਦਾ ਜਿਹੜਾ ਇਤਿਹਾਸ ਹੈ ਉਹ ਬਦਲਾ ਲੈਣ ਦਾ ਹੈ। ਉਸਨੇ ਕਿਹਾ ਕਹਿੰਦੇ ਮੈਂ ਇੱਕ ਸੂਟ ਲੈਣਾ ਹੁੰਦਾ ਨਾ ਸਾਰੀ ਦੁਕਾਨ ਜਿਹੜੀ ਹੈਗੀ ਉਹ ਖਲਾਰ ਦੇਣੀ ਆ। ਤੇ ਤੈਨੂੰ ਮੈਂ ਦੁਨੀਆ 'ਚ ਚੁਣਿਆ ਤੇ ਤੂੰ ਮੇਰੇ ਨਾਲ ਲੜਿਆ ਨਾ ਕਰਨਾ। ਕਿ ਜੇਕਰ ਮਨੁੱਖ ਥੋੜੀ ਜਿਹੀ ਬੇਇੱਜ਼ਤੀ ਬਰਦਾਸ਼ਤ ਕਰਨੀ ਸਿੱਖ ਜਵੇ ਤਾਂ ਉਹਦੀ ਜ਼ਿੰਦਗੀ ਦੇ ਵਿੱਚ ਬਹੁਤਾ ਉਝਾਲ ਨਹੀਂ ਆਉਂਦਾ ਹੈ ਬਹੁਤੇ ਲੋਕ ਬੁੱਢੇ ਹੁੰਦੇ ਹਨ ਕੋਈ ਕੋਈ ਹੁੰਦਾ ਜਿਹੜਾ ਬਜ਼ੁਰਗ ਬਣਦਾ ਬਿਲਕੁਲ ਬਜ਼ੁਰਗ ਦੇ ਵਿੱਚ ਮਾਫ਼ ਕਰਨ ਦੀ ਬਰਤੀ ਹੁੰਦੀ ਹੈ ਪੁਰਸ਼ ਦਾ ਸਭ ਤੋਂ ਵੱਡਾ ਨੁਕਸ ਇਹ ਹੈ ਕਿ ਪੁਰਸ਼ ਉਸ ਦਾ ਪਤੀ ਹੈ ਮਤਲਬ ਉਸ ਦਾ ਪਤੀ ਜਿਹੜਾ ਨਾ ਉਹਦੇ ਵਿੱਚ ਨੁਕਸ ਹੈ ਬਾਕੀ ਸਾਰੇ ਪੁਰਸ਼ ਠੀਕ ਹਨ ਇੱਕ ਤੀਵੇਂ ਨੇ ਦੂਜੇ ਨੂੰ ਕਿਹਾ ਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਛਤਾਵਾ ਇਹ ਹੈ ਜਿਸ ਬੰਦੇ ਨਾਲ ਮੈਂ ਵਿਆਹ ਕੀਤਾ ਤੇ ਦੂਜੀ ਕਹਿੰਦੇ ਤੈਨੂੰ ਤਾਂ ਇੱਕੋ ਹੀ ਪਛਤਾਵਾ ਮੈਨੂੰ ਤਾਂ ਚਾਰ ਪਛਤਾਵੇ ਆ ਆਦਮੀ ਜਿਹੜਾ ਨਾ ਉਸ ਦਾ ਕੰਮ ਕੇਵਲ ਪੈਸੇ ਕਮਾਉਣਾ ਹੁੰਦਾ ਔਰਤ ਨੇ ਘਰ ਸੰਭਾਲਣਾ ਹੁੰਦਾ ਤੁਸੀਂ ਕੋਈ ਗੱਲ ਜਿਹੜੀ ਹੈ ਨਾ ਔਰਤਾਂ ਦੇ ਗੈਦਰਿੰਗ ਦੇ ਵਿੱਚ ਕਰੋ ਨਾ ਤੇ ਔਰਤ ਸਮਝੇ ਮੈਨੂੰ ਲਾ ਕੇ ਕਹੀ ਜਾ ਰਹੀ ਹੈ ਤਰੱਕੀ ਉਹ ਕਰਦੇ ਆ ਜਿਹੜੇ ਠੀਕ ਢੰਗ ਨਾਲ ਜਿਉਂਦੇ ਆ ਜਿਨ੍ਹਾਂ ਦੇ ਵਿੱਚ ਬਦਲਾ ਲੈਣ ਦੀ ਬਿਰਤੀ ਨਹੀਂ ਹੁੰਦੀ ਹੱਸ ਕੇ ਟਾਲਣ ਵਾਲੀ ਇਸਤਰੀ ਜਿਹੜੀ ਹੈਗੀ ਸਭ ਜਗ੍ਹਾ ਕਾਮਯਾਬ ਹੁੰਦੀ ਹੈ ਉਸ ਤੇ ਕੋਈ ਤੋਮਤ ਵੀ ਨਹੀਂ ਲੱਗਦੀ ਹੈਗੀ ਹੈ ਜ਼ਿੰਦਗੀ ਜਿਹੜੀ ਹੈ ਉਹ ਬੜੀ ਖੂਬਸੂਰਤ ਹੈ ਪਰੰਤੂ ਇਹ ਬਦਲੇ ਲੈਣ ਵਾਸਤੇ ਨਹੀਂ ਹੈ ਬਦਲੇ ਲੈਣ ਤੋਂ ਮੁਕਤ ਹੋ ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਕੌਰ ਸੰਧੂ ਡਾਕਟਰ ਨਰਿੰਦਰ ਸਿੰਘ ਕਪੂਰ ਹੁਣਾਂ ਨਾਲ ਅਗਲਾ ਐਪੀਸੋਡ ਲੈ ਕੇ ਹਾਜ਼ਰ ਹਾਂ ਕਈ ਵਾਰੀ ਕਈ ਲੋਕ ਕਹਿੰਗੇ ਅਸੀਂ ਬਹੁਤ ਉਦਾਸ ਰਹਿੰਨੇ ਆ ਬਹੁਤ ਜ਼ਿਆਦਾ ਜ਼ਿੰਦਗੀ ਚ ਦੁੱਖ ਮਹਿਸੂਸ ਕਰਦੇ ਨੇ ਮੈਨੂੰ ਲੱਗਦਾ ਹੁੰਦਾ ਕਿ ਇੰਨਾ ਜ਼ਿਆਦਾ ਦੁੱਖ ਹੁੰਦਾ ਵੀ ਨਹੀਂ ਕਈ ਵਾਰੀ ਅਸੀਂ ਆਪਣੇ ਅੰਦਰ ਇੰਨੀਆਂ ਚੀਜ਼ਾਂ ਸਮੇਟ ਕੇ ਰੱਖ ਲੈਂਦੇ ਆ ਕਿ ਉਹੀ ਚੀਜ਼ਾਂ ਸਾਨੂੰ ਤਕਲੀਫ ਦਿੰਦੀਆਂ ਰਹਿੰਦੀਆਂ ਨੇ ਤੇ ਖਾਸ ਕਰਕੇ ਜਨਾਨੀਆਂ ਇਹ ਚੀਜ਼ ਬਹੁਤ ਕਰਦੀਆਂ ਨੇ ਅਸੀਂ ਕਿਸੇ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਨੂੰ ਆਪਣੇ ਅੰਦਰ ਰੱਖ ਲੈਂਦੇ ਆ ਫਿਰ ਉਹਨਾਂ ਨੂੰ ਰੋਸਿਆਂ ਚ ਸ਼ਿਕਵਿਆਂ ਚ ਬਦਲ ਲੈਂਦੇ ਆ ਤੇ ਫਿਰ ਉਹੀ ਚੀਜ਼ਾਂ ਸਾਨੂੰ ਬਹੁਤ ਜ਼ਿਆਦਾ ਤਕਲੀਫ ਦਿੰਦੀਆਂ ਨੇ ਕਈ ਵਾਰੀ ਕਿਸੇ ਦੀਆਂ ਨਿੱਕੀਆਂ-ਨਿੱਕੀਆਂ ਗਲਤੀਆਂ ਨੂੰ ਵੀ ਮਾਫ਼ ਨਹੀਂ ਕਰਦੇ ਤੇ ਉਹਨੂੰ ਆਪਣੇ ਅੰਦਰ ਭਰ ਲੈਣਿਆ ਇਹ ਹੀ ਚੀਜ਼ਾਂ ਨਾਲ ਹਮੇਸ਼ਾ ਸਾਨੂੰ ਲੱਗਦਾ ਹੈ ਕਿ ਆਲੇ-ਦੁਆਲੇ ਕੋਈ ਵੀ ਬੰਦਾ ਜਿਹੜਾ ਸਾਡੇ ਨਾਲ ਤਾਲਮੇਲ ਨਹੀਂ ਬਿਠਾਉਂਦਾ ਜਾਂ ਮੇਰੇ ਰਿਸ਼ਤੇਦਾਰ ਮੈਨੂੰ ਪੁੱਛਦੇ ਨਹੀਂ ਮੈਨੂੰ ਲੱਗਦਾ ਹੁੰਦਾ ਕਿ ਇਨ੍ਹਾਂ ਚੀਜ਼ਾਂ 'ਚ ਸਾਨੂੰ ਖੁਦ ਵੀ ਪਹਿਲ ਕਰਨੀ ਪੈਂਦੀ ਹੈ ਜ਼ਰੂਰੀ ਨਹੀਂ ਕਿ ਰਸਤੇ 'ਚ ਤੁਹਾਨੂੰ ਜਿੰਨੀਆਂ ਵੀ ਚੀਜ਼ਾਂ ਮਿਲਣਗੀਆਂ ਤੁਸੀਂ ਉਹਨਾਂ ਨੂੰ ਚੁੱਕਦੇ ਜਾਓਂਗੇ ਤੇ ਤਮਾਮ ਉਮਰ ਜ਼ਿੰਦਗੀ 'ਚ ਉਹਨਾਂ ਨੂੰ ਨਾਲ ਰੱਖੋਗੇ ਕਈ ਵਾਰੀ ਅਸੀਂ ਗੱਲ ਤੇ ਗੱਲ 'ਚ ਵੀ ਇਹ ਗੱਲਬਾਤ ਕਰਦੇ ਹੁੰਨੇ ਹਾਂ ਕਿ ਜੋ ਚੀਜ਼ਾਂ ਤੁਹਾਨੂੰ ਤਕਲੀਫ ਦਿੰਦੀਆਂ ਨੇ ਤੁਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ 'ਚੋਂ ਮਾਈਨਸ ਕਰੋ ਭਾਵੇਂ ਕਿ ਉਹ ਕੁਝ ਲੋਕ ਹੀ ਕਿਉਂ ਨਾ ਹੋਣ ਤੇ ਐਵੇਂ ਅਸੀਂ ਕਿਸੇ ਨਾਲ ਨਾਰਾਜ਼ਗੀਆਂ ਨੂੰ ਕਿਸੇ ਨਾਲ ਰੋਸਿਆਂ ਨੂੰ ਵੀ ਆਪਣੀ ਜ਼ਿੰਦਗੀ 'ਚੋਂ ਕੱਢਣਾ ਹੁੰਦਾ ਤੇ ਕੱਢਣ ਦਾ ਇੱਕੋ ਤਰੀਕਾ ਹੁੰਦਾ ਕਿ ਮਾਫ਼ ਕਰੋ ਛੱਡ ਦਿਓ ਤੇ ਅੱਗੇ ਵਧੋ ਅੱਜ ਦਾ ਸਾਡਾ ਵਿਸ਼ਾ ਇਹੀ ਹੈ ਕਿ ਦੂਜਿਆਂ ਦੀਆਂ ਗਲਤੀਆਂ ਨੂੰ ਅਸੀਂ ਕਿਵੇਂ ਮਾਫ਼ ਕਰ ਸਕਦੇ ਹਾਂ ਕਹਿੰਦੇ ਹੁੰਦੇ ਨੇ ਕਿ ਮਾਫ਼ ਕਰਨ ਵਾਲੇ ਨੂੰ ਬਹੁਤ ਵੱਡਾ ਜੇਰਾ ਬਣਾਉਣਾ ਪੈਂਦਾ ਪਰ ਜਦੋਂ ਇੱਕ ਵਾਰ ਤੁਸੀਂ ਕਰ ਦਿੰਨੇ ਹੋ ਤਾਂ ਤੁਹਾਡਾ ਮਾਨਸਿਕ ਤੇ ਤੁਹਾਡਾ ਸਭ ਕੁਝ ਜਿਹੜਾ ਉਹ ਹਲਕਾ ਹੋ ਜਾਂਦਾ ਹੈ ਇਸੇ ਵਿਸ਼ੇ ਤੇ ਅੱਜ ਆਪਾਂ ਡਾਕਟਰ ਨਰਿੰਦਰ ਸਿੰਘ ਕਪੂਰ ਹੁਣਾਂ ਨਾਲ ਗੱਲਬਾਤ ਕਰਨੀ ਆ ਉਹਨਾਂ ਨੂੰ ਆਪਾਂ ਜੀ ਆਇਆਂ ਕਹਿੰਦੇ ਆ ਸਤਿ ਸ਼੍ਰੀ ਅਕਾਲ ਸਰ ਤੁਸੀਂ ਠੀਕ ਹੀ ਹੋ ਚੜ੍ਹਦੀ ਕਲਾ ਚ ਤੇ ਜਿਵੇਂ ਤੁਸੀਂ ਜਦੋਂ ਇਹ ਵਿਸ਼ੇ ਤੇ ਗੱਲ ਕੀਤੀ ਕਿ ਆਪਾਂ ਮਾਫ ਕਿਵੇਂ ਕਰ ਸਕਦੇ ਹਾਂ ਨਾ ਕੀ ਸਾਰੀਆਂ ਗਲਤੀਆਂ ਲਈ ਕਿਸੇ ਨੂੰ ਮaaf ਕੀਤਾ ਜਾ ਸਕਦਾ ਜਿਹੜਾ ਸਾਰੀਆਂ ਗਲਤੀਆਂ ਮaaf ਕਰ ਸਕਦਾ ਉਸੇ ਨੂੰ ਅਸੀਂ ਰੱਬ ਕਹਿੰਦੇ ਆ ਮaaf ਕਰਨਾ ਜਿਹੜਾ ਨਾ ਇਹ ਮਗਰਲਾ ਵਿਹਾਰ ਹੈ ਮਡਲਾ ਵਿਹਾਰ ਜਿਹੜਾ ਬਦਲਾ ਲੈਣ ਦਾ ਹੁੰਦਾ ਹੁੰਦਾ ਬਿਲਕੁਲ ਹਾਂ ਬੜੇ ਬਾਦ ਵਾਲੇ ਸਟੇਜ ਹੁੰਦੀ ਹੈ ਜਦੋਂ ਅਸੀਂ ਸੋਚਦੇ ਹਾਂ ਕਿ ਇਸ ਨੂੰ ਮaaf ਕਰ ਦੇਣਾ ਚਾਹੀਦਾ ਹੈ ਬਦਲੇ ਦੀ ਭਾਵਨਾ ਇਤਨੀ ਸ਼ਕਤੀਸ਼ਾਲੀ ਹੈ ਕਿ ਕਈ ਵਾਰ ਇਹ ਪਿਓ ਪੁੱਤਰ ਤੋਂ ਬਦਲਾ ਲੈ ਰਿਹਾ ਹੈ। ਹੂੰ ਪੁੱਤਰ ਵੀ ਪਿਓ ਤੋਂ ਬਦਲਾ ਲੈ ਰਿਹਾ ਹੈ। ਬਿਲਕੁਲ। ਹੂੰ ਚਾਰ ਕਿਸਮ ਦੀਆਂ ਲੜਾਈਆਂ ਜਿਹੜੀਆਂ ਨਾ ਮੰਨੀਆਂ ਗਈਆਂ ਸਭ ਤੋਂ ਭੈੜੀ ਲੜਾਈ ਜਿਹੜੀ ਹੁੰਦੀ ਹੈ ਉਹ ਪਤੀ ਪਤਨੀ ਦੀ ਹੁੰਦੀ ਹੈ। ਹੂੰ ਦੂਜੀ ਭੈੜੀ ਲੜਾਈ ਗਵਾਂਢੀ ਨਾਲ ਹੁੰਦੀ ਹੈ। ਹਾਂਜੀ ਤੀਜੀ ਪੈੜੀ ਲੜਾਈ ਬਹੁਤ ਸਮਲ ਹੁੰਦੀ ਹੈ ਜਿੱਥੇ ਬੰਦਾ ਜੌਬ ਲੱਗੀ ਹੁੰਦੀ ਹੈ ਉਹਦੇ ਹੂੰ ਤੇ ਚੌਥੀ ਪੈੜੀ ਲੜਾਈ ਦੋਸਤ ਨਾਲ ਹੁੰਦੀ ਹੈ ਹਾਂਜੀ ਇਹਨਾਂ ਲੜਾਈਆਂ ਦੇ ਵਿੱਚ ਤੁਸੀਂ ਸੌ ਨਹੀਂ ਸਕਦੇ ਹੂੰ ਦੁਖੀ ਹੋਮੋਗੇ ਜਦੋਂ ਕਬੀਲਾ ਜੀਵਨ ਜੀਮਦੇ ਸੀ ਅਸੀਂ ਉਸ ਵੇਲੇ ਕਬੀਲੇ ਦੇ ਮੁਖੀ ਦਾ ਮੁਖ ਕੰਮ ਬਦਲਾ ਲੈਣਾ ਹੁੰਦਾ ਸੀ ਹੂੰ ਇਹ ਹੋਈ ਬੇਇੱਜ਼ਤੀ ਦਾ ਬਦਲਾ ਲਿਆ ਜਾਵੇ ਅਜੇ ਵੀ ਅਸੀਂ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਅਸੀਂ ਭੁੱਲ ਨਹੀਂ ਸਕੇ ਹਮ ਬਤ ਮਾਫ ਕਰਨ ਦਾ ਮਤਲਬ ਹੁੰਦਾ ਹੈ ਕਿ ਸਾਡਾ ਵਿਕਾਸ ਰੁਕਿਆ ਹੋਇਆ ਹੈ ਇਸ ਦਾ ਪ੍ਰਵਾਹ ਜਾਰੀ ਰਹਿਣਾ ਚਾਹੀਦਾ ਹਮ ਮਹਿਮੂਦ ਗਜ਼ਨਵੀ ਨੇ ਹਜ਼ਾਰ ਸਾਲ ਪਹਿਲਾਂ ਹਿੰਦੁਸਤਾਨ ਦੇ ਵਿੱਚ ਆ ਕੇ ਮੰਦਰ ਟਾਏ ਸੀ ਤੋੜੇ ਸੀ ਹੂੰ ਤੇ ਹਿੰਦੂ ਧਰਮ ਨੇ ਅੱਜ ਤੱਕ ਇਸਲਾਮ ਨੂੰ ਮਾਫ ਨਹੀਂ ਕੀਤਾ ਹੂੰ ਅੰਗਰੇਜ਼ਾਂ ਨੇ ਜਲਿਆਂਵਾਲੇ ਬਾਗ ਦੇ ਵਿੱਚ 3-400 ਬੰਦਾ ਜਿਹੜਾ ਸੀ ਉਹ ਮਾਰ ਦਿੱਤਾ ਸੀ ਹਿੰਦੁਸਤਾਨੀਆਂ ਨੇ ਉਹਨਾਂ ਨੂੰ ਮਾਫ ਨਹੀਂ ਕੀਤਾ ਨਹੀਂ ਕੀਤਾ ਬਿਲਕੁਲ ਸੋ ਬਹੁਤ ਵੱਡੀਆਂ ਕੌਮਾਂ ਦਾ ਜਾਂ ਬੋਤੀਆਂ ਕੌਮਾਂ ਦਾ ਜਿਹੜਾ ਇਤਿਹਾਸ ਹੈ ਉਹ ਬਦਲਾ ਲੈਣ ਦਾ ਹੈ ਹੂੰ ਪਹਿਲਾਂ ਕੇਵਲ ਪੁਰਸ਼ ਜਿਹੜੇ ਸੀ ਨਾ ਲੜਦੇ ਹੁੰਦੇ ਸੀਗੇ ਹੁਣ ਇਸਤਰੀਆਂ ਵੀ ਲੜਦੀਆਂ ਹਨ ਹੂੰ ਗੁਸੈਲ ਹੋ ਗਈਆਂ ਗੁੱਸਾ ਵੱਧ ਗਿਆ ਇੱਕ ਨਾਰੀਵਾਦੀ ਲਹਿਰ ਹੈ ਨਾ ਜਿਹੜੀ ਉਸ ਨੇ ਇਸਤਰੀਆਂ ਨੂੰ ਕੌੜਾ ਬਣਾ ਦਿੱਤਾ ਹੈਗਾ ਹੂੰ ਉਹ ਲੜਾਕੀਆਂ ਹੋ ਗਈਆਂ ਲੜਨ ਲੱਗ ਪਈਆਂ ਸੋ ਇਨਸਾਨ ਦਾ ਪਹਿਲਾ ਫਰਜ਼ ਜਿਹੜਾ ਹੈ ਨਾ ਉਹ ਵਿਗੜੀ ਹੋਈ ਸਥਿਤੀ ਨੂੰ ਸਾਵਾਂ ਕਰਨਾ ਹੁੰਦਾ ਹੈ ਬਿਲਕੁਲ ਪਰੰਤੂ ਕਈ ਹੋਣਗੇ ਜਿਹੜੇ ਵਿਗੜੀ ਹੋਈ ਸਥਿਤੀ ਨੂੰ ਹੋਰ ਰਿਕਾਰਦੇ ਆ ਬਿਲਕੁਲ ਮੈਂ ਇੱਕ ਵਾਰੀ ਬੱਸ ਵਿੱਚ ਸਫ਼ਰ ਕਰ ਰਿਹਾ ਸੀ ਤੇ ਪਿੱਛੇ ਦੋ ਬੰਦੇ ਆਪਸ ਵਿੱਚ ਗੱਲਾਂ ਕਰ ਰਹੇ ਸੀ ਇੱਕ ਦੀ ਧੀ ਦਾ ਕੋਈ ਝਗੜਾ ਸੀ ਆਪਣੇ ਸਹੁਰਿਆਂ ਦੇ ਘਰ ਦੇ ਵਿੱਚ ਤੇ ਜਿਹੜਾ ਨਾਲ ਬੈਠਾ ਹੋਇਆ ਸੀ ਨਾ ਉਹ ਸਨੋ ਕਹਿ ਰਿਹਾ ਸੀ ਕਿ ਤੂੰ ਮੈਨੂੰ ਨਾਲ ਲੈ ਕੇ ਜਾ ਮੈਂ ਉਹਨਾਂ ਦੀਆਂ ਲੱਤਾਂ ਪੰਦਿਆਂਗਾ ਹਮਮ ਸਾਚੇ ਦੱਸਦਾ ਮੈਨੂੰ ਉਹਨਾਂ ਦੀ ਗੱਲਬਾਤ ਸੁਣ ਕੇ ਨਾ ਚਿੰਤਾ ਲੱਗ ਗਈ ਜਦੋਂ ਟਿਕਾਣੇ ਤੇ ਪਹੁੰਚੇ ਤਾਂ ਮੈਂ ਇੱਕ ਪਾਸੇ ਜੇ ਹੋ ਕੇ ਉਸ ਬੰਦੇ ਨੂੰ ਕਿਹਾ ਮੈਂ ਕਿਹਾ ਇਹਨੂੰ ਨਾਲ ਨਾ ਲੈ ਕੇ ਜਾਈਂ ਇਹ ਕੰਮ ਨੂੰ ਹੋਰ ਰਿਗਾਰਡ ਦੇਗਾ ਬਹੁਤ ਸਾਰੇ ਜੋੜੇ ਜਿਹੜੇ ਆ ਉਹ ਆਪਸ ਵਿੱਚ ਰਸੇ ਹੋਏ ਹੁੰਦੇ ਆ ਜਾਂ ਉਹਨਾਂ ਦੀ ਅਣਬਣ ਹੋਈ ਹੁੰਦੀ ਆ ਹਾਂਜੀ ਇੱਕ ਓਵਰਸ਼ੇਅਰ ਸੀ ਉਹ ਮੇਰੇ ਕੋਲ ਯੂਨੀਵਰਸਿਟੀ ਆ ਜਾਂਦਾ ਸੀ ਤਾਂ ਆਪਣੀ ਕਹਾਣੀ ਸੁਣਾ ਜਾਂਦਾ ਸੀ ਹੂੰ ਤੇ ਉਸ ਦੀ ਪਤਨੀ ਕਿਉਂਕਿ ਉਹਨਾਂ ਦੇ ਵਿਆਹ ਦੇ ਵਿੱਚ ਮੈਂ ਥੋੜਾ ਜਿਹਾ ਰੋਲ ਨਿਭਾਇਆ ਸੀ ਉਹ ਵੀ ਆ ਜਾਂਦੇ ਸੀ ਤੇ ਉਹ ਵੀ ਆਪਣੀ ਕਹਾਣੀ ਸੁਣਾ ਜਾਂਦੇ ਸੀ ਇੱਕ ਵਾਰੀ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੇਰੇ ਪਤੀ 'ਚ ਕੋਈ ਗੁਣ ਵੀ ਹੈ ਹੂੰ ਉਹਨੇ ਕਈ ਗੁਣ-ਗਣਵਾਲ ਤੇ ਇਹ ਪੈਸੇ ਵੇਫਸ ਨਹੀਂ ਕਰਦਾ ਘਰ ਦੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਆਪੇ ਠੀਕ ਕਰ ਲੈਂਦਾ ਦਫ਼ਤਰ ਤੋਂ ਸਿੱਧਾ ਘਰ ਆ ਜਾਂਦਾ ਹੈਗਾ ਬਹੁਤਾ ਚਿਰ ਘਰ ਰਹਿੰਦਾ ਹੈ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਤੇ ਮੈਂ ਕਿਹਾ ਫਿਰ ਝਗੜਾ ਕਿਸ ਗੱਲ ਦਾ ਤੁਹਾਡਾ ਬੱਸ ਅਸਲ ਚ ਉਹ ਥੱਕ ਗਏ ਸੀ ਇਕੱਠੇ ਰਹਿ ਰਹਿ ਕੇ ਹੂੰ ਇਹ ਇੱਕ ਨਵੀਂ ਸਮੱਸਿਆ ਪੈਦਾ ਹੋ ਗਈ ਹੈ ਹਾਂਜੀ ਜਦੋਂ ਅਸੀਂ ਅੱਕੇ ਥੱਕੇ ਹੁੰਦੇ ਆ ਨਾ ਫਿਰ ਸਾਡੇ ਵਿੱਚ ਦੂਜੇ ਦੀਆਂ ਗੱਲਾਂ ਨੂੰ ਇਗਨੋਰ ਕਰਨ ਦੀ ਹਿੰਮਤ ਨਹੀਂ ਹੁੰਦੀ ਹੈ। ਹੂੰ। ਬੜੀਆਂ ਕਹਾਣੀਆਂ ਹਨ। ਇੱਕ ਔਰਤ ਜਿਹੜੀ ਸੀ ਜਦਾ ਪਤੀ ਸੀ ਦੋਵੇਂ ਜਿਹੜੇ ਸੀ ਉਹ ਆਪਣੇ ਵਿਆਹ ਦੀ 50ਵੀਂ ਵਰ੍ਹੇਗੰਢ ਮਨਾ ਰਹੇ ਸੀ। ਤੇ ਪੋਤੇ-ਪੋਤੀਆਂ ਦੋਤੇ ਜਿਹੜੇ ਸੀਗੇ ਉਹਨਾਂ ਨੇ ਪੁੱਛਿਆ ਆਪਣੀ ਨਾਨੀ-ਪਡਾਨੀ ਨੂੰ ਵਗੈਰਾ ਜਾਂ ਦਾਦੀ-ਪਡਦਾਦੀ ਨੂੰ ਵੇ ਤੁਹਾਡਾ ਵਿਆਹ 50 ਸਾਲ ਚੱਲਦਾ ਕਿਵੇਂ ਰਿਹਾ ਹੈ ਅਮਰੀਕਾ ਵਰਗੇ ਦੇਸ਼ ਵਿੱਚ ਤਾਂ ਵਿਆਹ ਜਿਹੜਾ ਹੈ 3-4 ਸਾਲ ਹੀ ਚੱਲਦਾ ਹੈ ਉਸ ਔਰਤ ਨੇ ਕਿਹਾ ਕਿ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਉਸ ਵੇਲੇ ਮੈਂ ਇਹ ਪ੍ਰਣ ਕੀਤਾ ਸੀ ਕਿ ਮੈਂ ਆਪਣੇ ਪਤੀ ਦੀਆਂ 10 ਗਲਤੀਆਂ ਜਿਹੜੀਆਂ ਨਾ ਉਹ ਨਜ਼ਰ ਅੰਦਾਜ਼ ਕਰਾਂਗੀ 11ਵੀਂ ਗਲਤੀ ਤੇ ਮੈਂ ਪੁਆਇੰਟ ਆਊਟ ਕਰਾਂਗੀ ਕਹਿੰਦੇ ਗਲਤੀਆਂ ਤਾਂ ਹਰ ਬੰਦਾ ਕਰਦਾ ਹੈ ਇਹਨੇ ਵੀ ਬੜੀਆਂ ਕੀਤੀਆਂ ਪਰ ਜਦੋਂ ਵੀ ਮੇਰੇ ਮਨ ਚ ਇਹ ਉਬਾਲ ਪੈਦਾ ਹੁੰਦਾ ਨਾ ਕਿ ਮੈਂ ਇਸ ਨਾਲ ਲੜਾਂ ਜਾਂ ਇਸ ਨਾਲ ਵਿਰੋਧ ਕਰਾਂ ਉਸ ਵੇਲੇ ਮੈਨੂੰ ਉਹ ਆਪਣਾ ਪ੍ਰਾਣ ਯਾਦ ਆ ਜਾਂਦਾ ਸੀ ਇਹ ਤਾਂ ਤੀਜੀ ਗਲਤੀ ਹੈ ਹੂੰ ਕਹਿੰਦੇ ਇਹਨੇ ਕਦੀ 10 ਕਠੀਆਂ ਕੀਤੀਆਂ ਹੀ ਨਹੀਂ ਤੇ ਮੈਂ ਮੈਨੂੰ ਲੜਨ ਦਾ ਮੌਕਾ ਮਿਲਿਆ ਹੀ ਨਹੀਂ ਹੂੰ ਇਹਵੇਂ ਇੱਕ ਹੋਰ ਜੋੜਾ ਸੀ ਉਥੇ ਆਦਮੀ ਨੇ ਤਰਕ ਦਿੱਤਾ ਉਹਨੇ ਕਿਹਾ ਕਿ ਮੈਨੂੰ ਬੱਚੇ ਬੜੇ ਚੰਗੇ ਲੱਗਦੇ ਹਨ ਤੇ ਸਾਡੇ 8 ਬੱਚੇ ਹੋਏ ਵਿਆਹ ਵੇਲੇ ਕਹਿੰਦਾ ਅਸੀਂ ਆਪਸ ਵਿੱਚ ਇਹ ਸਮਝੌਤਾ ਕੀਤਾ ਸੀ ਕਿ ਜਿਹੜਾ ਵੀ ਛੱਡ ਕੇ ਜਾਏਗਾ ਨਾ ਸਾਰੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਉਹਦੀ ਹੋਏਗੀ ਕਹਿੰਦਾ ਸਾਡੇ 8 ਬੱਚੇ ਹੋਏ 8 ਬੱਚਿਆਂ ਨੂੰ ਕੋਈ ਵੀ ਪਾਲ ਨਹੀਂ ਸੀ ਸਕਦਾ ਨਾ ਉਹ ਪਾਲ ਸਕਦੇ ਸੀ ਨਾ ਮੈਂ ਪਾਲ ਸਕਦੀ ਸੀ ਇਸ ਕਰਕੇ ਅਸੀਂ ਵੱਖ ਹੋਣ ਬਾਰੇ ਸੋਚਿਆ ਹੀ ਨਹੀਂ ਹੈਗਾ ਕਿ ਜੋੜੇ ਜਿਹੜੇ ਹੁੰਦੇ ਆ ਨਾ ਉਹ ਉਹਨਾਂ ਨੂੰ ਜੇਕਰ ਪੁੱਛੋ ਨਾ ਤੁਸੀਂ ਕਰਕੇ ਦੇਖਣਾ ਆਦਮੀ ਦੇ ਤੇ ਖਾਸ ਤੌਰ ਤੇ ਔਰਤ ਦੀ ਜ਼ਿੰਦਗੀ ਵਿੱਚ ਵਿਆਹ ਜਿਹੜਾ ਹੈ ਨਾ ਉਹ ਬੜੀ ਵੱਡੀ ਘਟਨਾ ਹੁੰਦੀ ਹੈ ਬੜੀ ਵੱਡੀ ਈਵੈਂਟ ਹੁੰਦੀ ਹੈ ਮੈਂ ਇਹ ਦੇਖਿਆ ਹੈਗਾ ਭਾਵੇਂ ਕੋਈ ਲੇਡੀ ਜਿਹੜੀ ਹੈ ਨਾ 70 ਸਾਲ ਦੀ ਹੋਵੇ ਜਦੋਂ ਮੈਂ ਉਸ ਨੂੰ ਪੁੱਛਦਾ ਨਾ ਤੁਸੀਂ ਮੈਨੂੰ ਆਪਣੇ ਵਿਆਹ ਦੀ ਕਹਾਣੀ ਸੁਣਾਓ ਤਾਂ ਉਹਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਹੈ ਬਿਲਕੁਲ ਉਹ ਉਹਦੀ ਆਵਾਜ਼ ਦੇ ਵਿੱਚ ਜਵਾਨੀ ਆ ਜਾਂਦੀ ਹੈ ਮਤਲਬ ਕਹਿ ਰਿਹਾ ਹੈ ਕਿ ਉਸ ਨੇ ਮੈਨੂੰ ਇੱਕ ਖਾਸ ਗੱਲ ਕਹੀ ਇੱਕ ਔਰਤ ਨੇ ਕਹਿੰਦੇ ਜਦੋਂ ਵੀ ਮੇਰਾ ਪਤੀ ਮੇਰੇ ਨਾਲ ਰੁੱਸਦਾ ਸੀ ਨਾ ਤੇ ਮੈਂ ਉਸ ਨੂੰ ਵਿਆਹ ਦੀ ਐਲਬਮ ਰੱਖ ਦਿੰਦੀ ਸੀ ਇਹਦੇ ਅੱਗੇ ਵੀ ਇਹ ਦੇਖ ਮੈਂ ਤੇਰੀ ਉਡੀਕ ਕੀਤੀ ਸੀ ਤੂੰ ਆਇਆ ਸੀ ਤੇ ਉਸ ਨੇ ਕਿਹਾ ਕਹਿੰਦੇ ਮੈਂ ਇੱਕ ਸੂਟ ਲੈਣਾ ਹੁੰਦਾ ਨਾ ਸਾਰੇ ਦੁਕਾਨ ਜਿਹੜੇ ਹੈਗੇ ਉਹ ਖਲਾਰ ਦੇਣੀ ਆ ਤੇ ਤੈਨੂੰ ਮੈਂ ਦੁਨੀਆ 'ਚ ਚੁਣਿਆ ਤੇ ਤੂੰ ਮੇਰੇ ਨਾਲ ਲੜਿਆ ਨਾ ਕਰ ਸੋ ਇੱਕ ਗਰਮ ਹੋਵੇ ਦੂਜਾ ਨਰਮ ਹੋ ਜਾਵੇ ਮਾਫੀ ਮੰਗਣ ਦੀ ਲੋੜ ਨਹੀਂ ਪੈਂਦੀ ਹੈ ਸਾਡੇ ਇੱਥੇ ਰਿਵਾਜ ਨਹੀਂ ਹੈ ਯੂਰਪ ਦੇ ਵਿੱਚ ਹੈ ਉੱਥੇ ਥੈਂਕ ਯੂ ਹਰ ਗੱਲ ਤੇ ਥੈਂਕ ਯੂ ਕਿਹਾ ਜਾਂਦਾ ਕੋਈ ਪਾਣੀ ਦਾ ਗਲਾਸ ਵੀ ਤੁਹਾਨੂੰ ਦਿੰਦਾ ਹੈਗਾ ਭਾਵੇਂ ਬਹਿਰਾ ਹੀ ਹੈਗਾ ਹੋ ਉਸ ਦਾ ਵੀ ਥੈਂਕਸ ਕੀਤਾ ਜਾਂਦਾ ਥੈਂਕ ਯੂ ਤੇ ਜੇਕਰ ਕੋਈ ਬੰਦਾ ਕਿਸੇ ਦੇ ਨਾਲ ਕਿਸਰ ਕੇ ਲੰਘ ਜਾਂਦਾ ਉਸ ਦਾ ਵੀ ਉਹ ਸੌਰੀ ਫੀਲ ਕਰਦਾ ਇਹ ਥੈਂਕ ਯੂ ਤੇ ਸੌਰੀ ਇਹ ਦੋ ਐਸੀਆਂ ਮੱਲਮਾਂ ਹਨ ਜੇਕਰ ਬੰਦਾ ਇਹਨਾਂ ਨੂੰ ਵਰਤਣਾ ਸਿੱਖ ਲਵੇ ਉਹਦੀ ਜ਼ਿੰਦਗੀ ਦੇ ਵਿੱਚ ਬਹੁਤੀਆਂ ਆਉਂਦੀਆਂ ਨਹੀਂ ਹੈਗੀਆਂ ਹਾਂ ਨਰਸਿਮਹਾ ਰਾਓ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਸੀ ਹਾਂਜੀ ਉਸ ਉੱਤੇ ਇੱਕ ਵਾਰੀ ਕੋਈ ਦੋਸ਼ ਲੱਗਿਆ ਸੀ ਕਿ ਉਹਨੇ ਨੋਟਾਂ ਦਾ ਭਰਿਆ ਹੋਇਆ ਟਰੰਕ ਜਿਹੜਾ ਜੀ ਸੂਟਕੇਸ ਜਿਹੜਾ ਸੀ ਉਹ ਕਿਸੇ ਨੂੰ ਰਿਸ਼ੋ ਦਿੱਤੀ ਸੀ ਵਗੈਰਾ ਵਗੈਰਾ ਉਸਨੇ ਉਹਦਾ ਜਵਾਬ ਵਿੱਚ ਕਿਹਾ ਸੀ ਕਿ ਜੇਕਰ ਮਨੁੱਖ ਥੋੜੇ ਜਿਹੇ ਬੇਇੱਜ਼ਤੀ ਬਰਦਾਸ਼ਤ ਕਰਨੀ ਸਿੱਖ ਜਵੇ ਤਾਂ ਉਹਦੀ ਜ਼ਿੰਦਗੀ ਦੇ ਵਿੱਚ ਬਹੁਤਾ ਉਚਾਲ ਨਹੀਂ ਆਉਂਦਾ ਹੈ। ਹਮ ਘਰਾਂ ਦੇ ਵਿੱਚ ਵੀ ਤੁਸੀਂ ਵੇਖੋਗੇ ਜਿੱਥੇ ਦਾਦਾ-ਦਾਦੀ ਰਹਿੰਦੇ ਹਨ ਨਾ ਉਹਨਾਂ ਘਰਾਂ ਦੇ ਵਿੱਚ ਬੱਚੇ ਖੁਦਕੁਸ਼ੀ ਨਹੀਂ ਕਰਦੇ ਹੈਗੇ। ਹਮ ਹੁਣ ਬੱਚੇ ਜਿਹੜੇ ਸਕੂਲਾਂ 'ਚ ਪੜਦੇ ਆ ਕੋਈ 12ਵੇਂ 'ਚ ਪੜਦਾ ਹੈ ਕੋਈ ਕਿਸੇ ਜਮਾਤ 'ਚ ਪੜਦਾ ਹੈ ਖੁਦਕੁਸ਼ੀ ਕਰਨ ਲੱਗ ਪਏ ਹੈਗੇ। ਉਹਨਾਂ ਦਾ ਸੇਫਟੀ ਵਾਲਵ ਨਹੀਂ ਹੈ। ਸੇਫਟੀ ਵਾਲ ਜਿਹੜੇ ਬਜ਼ੁਰਗ ਹੁੰਦੇ ਹਨ। ਬਜ਼ੁਰਗ ਜਿਹੜੇ ਹਨ ਉਹ ਝਗੜਾ ਨਿਪਟਾਉਣ ਦੇ ਵਿੱਚ ਉਹਨਾਂ ਦੀ ਦਿਲਚਸਪੀ ਹੁੰਦੀ ਹੈ ਝਗੜਾ ਵਿਦਾਉਣ ਦੇ ਵਿੱਚ ਨਹੀਂ ਹੈਗੇ ਹੂੰ ਸੋ ਇਸ ਵੇਲੇ ਕੀ ਹੈ ਕਿ ਦੁਨੀਆ ਦੇ ਵਿੱਚ ਕਈ ਕੌਮਾਂ ਐਸੀਆਂ ਹਨ ਪਠਾਨ ਹਨ ਮਿਸਾਲ ਦੇ ਤੌਰ ਤੇ ਪਠਾਨ ਹਨ ਰਾਜਪੂਤ ਹਨ ਮੈਂ ਸਿੱਖਾਂ ਨੂੰ ਵੀ ਉਹਦੇ ਵਿੱਚ ਗਿਣਦਾ ਹਾਂ ਸਿੱਖ ਹਨ ਪਾਲੇਵਾਨ ਹਨ ਇਹ ਆਪਣੀ ਬੇਇੱਜ਼ਤੀ ਭੁੱਲਦੇ ਨਹੀਂ ਹੈਗੇ ਇਹ ਬਦਲਾ ਲਏ ਬਿਨਾ ਹੱਟਦੇ ਨਹੀਂ ਹੈਗੇ ਹੂੰ ਵੈਸੇ ਤਾਂ ਦੁਨੀਆ ਦੀਆਂ ਜਿਹੜੀਆਂ ਬਹੁਤੀਆਂ ਡਿਵੈਲਪਡ ਨੇਸ਼ਨਸ ਹੈਗੇ ਆ ਉਹਨਾਂ ਦਾ ਵਿਹਾਰ ਹੋਰ ਹੈ ਜਿਹੜੀਆਂ ਨੇਸ਼ਨਸ ਅਜੇ ਬਣ ਰਹੀਆਂ ਹਨ ਉਹਨਾਂ ਦਾ ਵਿਹਾਰ ਹੋਰ ਹੈ ਹੂੰ ਸੋ ਮਾਫ ਕਰਨ ਦੀ ਬਿਰਤੀ ਜਦ ਤੱਕ ਨਾ ਹੋਵੇ ਮਨੁੱਖ ਦੇ ਵਿੱਚ ਉਹ ਬਹੁਤੀ ਤਰੱਕੀ ਨਹੀਂ ਕਰ ਸਕਦਾ ਹੈਗਾ ਹੂੰ ਮਾਪਿਆਂ ਤੋਂ ਬਾਅਦ ਅਸੀਂ ਅਧਿਆਪਕਾਂ ਦੇ ਸੰਪਰਕ ਵਿੱਚ ਆਉਂਦੇ ਹੈਗੇ ਬਿਲਕੁਲ ਕਈ ਵਿਦਿਆਰਥੀ ਜਿਹੜੇ ਹਨ ਨਾ ਉਹ ਅਧਿਆਪਕਾਂ ਨਾਲ ਵੈਰ ਪਾ ਲੈਂਦੇ ਹਨ ਹੂੰ ਤੇ ਕਈ ਅਧਿਆਪਕ ਵੀ ਅਜਿਹੇ ਹੁੰਦੇ ਹਨ ਜਿਹੜੇ ਵਿਦਿਆਰਥੀਆਂ ਨਾਲ ਵੈਰ ਪਾ ਲੈਂਦੇ ਹਨ ਹੂੰ ਇੱਕ ਵਾਰ ਇਹ 1200 ਸਕੂਲ ਟੀਚਰਸ ਨੂੰ ਹੈਡਮਾਸਟਰ ਬਣਾਇਆ ਗਿਆ ਉਹਨਾਂ ਦੇ 50-50 ਦੇ ਬੈਚ ਦੇ ਓਰੀਐਂਟੇਸ਼ਨ ਕੋਰਸ ਲੱਗਦੇ ਸੀ ਤੇ ਦੋ ਦਿਨ ਵਾਸਤੇ ਮੈਂ ਉੱਥੇ ਜਾਂਦਾ ਹੁੰਦਾ ਸੀਗਾ ਉਹਨਾਂ ਨੂੰ ਮੋਟੀਵੇਸ਼ਨਲ ਲੈਕਚਰ ਦੇਣ ਵਾਸਤੇ ਉਹਤੇ ਮੈਂ ਉਹਨਾਂ ਨੇ ਖਾਸ ਗੱਲ ਕਹਿੰਦਾ ਹੁੰਦਾ ਸੀ ਬਈ ਜਿਹਨਾਂ ਵਿਦਿਆਰਥੀਆਂ ਨੂੰ ਤੁਸੀਂ ਪੜਾਉਂਦੇ ਹੋ ਨਾ ਉਹਨਾਂ ਵਿੱਚੋਂ 90% ਜਿਹੜੇ ਹਨ ਉਹ ਠੀਕ ਹੁੰਦੇ ਹਨ ਹਰ ਬੰਦੇ ਦਾ ਸੁਭਾਅ ਹੁੰਦਾ ਹੈ ਕੋਈ ਨੌਕਰਾਨੇ ਤੁਸੀਂ ਰੱਖੋਗੇ ਉਹ 2 ਘੰਟੇ ਚ ਪਾਂਡੇ ਮਾਂਝਦੀ ਹੈ ਕੋਈ ਅੱਧੇ ਘੰਟੇ ਚ ਮਾਂਝ ਦਿੰਦੀ ਹੈ ਇਹ ਉਹਦਾ ਸੁਭਾਅ ਹੈਗਾ ਹੂੰ ਪਰੰਤੂ ਉਹ ਪਾਂਡੇ ਦੋਵੇਂ ਮਾਂਝ ਰਹੀਆਂ ਪਾਂਡੇ ਦੋਵੇਂ ਮਾਂਝ ਰਹੀ ਹੈ ਹੂੰ 90% ਜਿਹੜੇ ਨਾ ਉਹਨਾਂ ਦਾ ਵਿਹਾਰ ਠੀਕ ਹੁੰਦਾ ਹੈ ਕੋਈ ਸਲੋ ਹੈ ਕੋਈ ਫਾਸਟ ਹੈ ਮਤਲਬ ਬਕਰੀ ਗੱਲ ਹੈ 10% ਜਿਹੜੇ ਹਨ ਨਾ ਉਹ ਸਮੱਸਿਆਵਾਂ ਪੈਦਾ ਕਰਦੇ ਹਨ ਇਹ ਸਭ ਜਗ੍ਹਾ ਹੈ ਫੌਜ ਵਿੱਚ ਵੀ ਹੈ ਪੁਲਿਸ ਵਿੱਚ ਵੀ ਹੈ 10% ਪ੍ਰਿੰਸੀਪਲ ਵੀ ਸਮੱਸਿਆਵਾਂ ਪੈਦਾ ਕਰਦੇ ਹਨ 10% ਡਾਕਟਰ ਵੀ ਸਮੱਸਿਆਵਾਂ ਪੈਦਾ ਕਰਦੇ ਹਨ ਕਿ ਇਹ ਡਾਕਟਰਾਂ ਨੂੰ ਜਿਵੇਂ ਅੱਜਕੱਲ ਰਿਸ਼ਤੇਦਾਰ ਜਿਹੜੇ ਹਨ ਮਰੀਜ਼ਾਂ ਦੇ ਉਹ ਕੁੱਟ ਦਿੰਦੇ ਹਨ ਉਹਦੇ ਵਿੱਚ ਡਾਕਟਰ ਦਾ ਵੀ ਕਸੂਰ ਹੁੰਦਾ ਹੈਗਾ। ਹੂੰ। ਮਤਲਬ ਕਿ ਜਦੋਂ ਕੋਈ ਬੰਦਾ ਐਮਰਜੈਂਸੀ 'ਚ ਜਾਂਦਾ ਹੈ ਹਸਪਤਾਲ ਦੇ ਵਿੱਚ ਤਾਂ ਉਹ ਇੱਕ ਮਿਨੀਮਮ ਸਟੈਂਡਰਡ ਆਪਣੇ ਮਨ ਦੇ ਵਿੱਚ ਮਿੱਥ ਕੇ ਜਾਂਦਾ ਹੈ ਕਿ ਮੇਰੇ ਨਾਲ ਇਸ ਕਿਸਮ ਦਾ ਵਿਹਾਰ ਕੀਤਾ ਜਾਵੇ। ਜਦੋਂ ਉਸ ਨਾਲ ਉਹ ਵਿਹਾਰ ਨਹੀਂ ਹੁੰਦਾ ਤਾਂ ਉਹ ਆਪਣੇ ਆਪ ਤੇ ਕਾਬੂ ਨਹੀਂ ਪਾ ਸਕਦਾ ਹੈਗਾ। ਆਪਣੇ ਆਪ ਨੂੰ ਉਹ ਕੰਟਰੋਲ ਨਹੀਂ ਕਰ ਸਕਦਾ ਹੈਗਾ। ਇੱਕ ਵਾਰੀ ਕਿਸੇ ਦਾ ਆਪਰੇਸ਼ਨ ਹੋਣਾ ਸੀਗਾ ਤੇ ਕਿਸੇ ਨੇ ਅ ਪ੍ਰਧਾਨ ਮੰਤਰੀ ਦਾ ਆਪਰੇਸ਼ਨ ਹੋਣਾ ਸੀਗਾ ਤੇ ਪ੍ਰਧਾਨ ਮੰਤਰੀ ਨੇ ਟੈਲੀਫੋਨ ਕੀਤਾ ਕਿ ਮੇਰਾ ਆਪਰੇਸ਼ਨ ਧਿਆਨ ਨਾਲ ਕਰਨਾ ਤੇ ਉਹ ਡਾਕਟਰ ਨੇ ਅਗੋਂ ਕਿਹਾ ਕਿ ਅਨੇ ਜੇ ਅਸੀਂ ਤਾਂ ਜਿਸ ਦਾ ਵੀ ਆਪਰੇਸ਼ਨ ਕਰਦੇ ਆ ਉਸ ਨੂੰ ਪ੍ਰਧਾਨ ਮੰਤਰੀ ਸਮਝ ਕੇ ਕਰਦੇ ਮਤਲਬ ਕਿ ਉਸ ਨੇ ਇੱਕ ਖਤਸ਼ਾ ਪ੍ਰਗਟਾਇਆ ਡਾਕਟਰ ਜਿਹੜਾ ਸੀ ਕੌੜਾ ਹੋ ਕੇ ਵੀ ਬੋਲ ਸਕਦਾ ਸੀ ਤੁਹਾਡਾ ਕੀ ਮਤਲਬ ਹੈ ਅਸੀਂ ਸਾਨੂੰ ਆਪਰੇਸ਼ਨ ਨਹੀਂ ਕਰਨਾ ਹੁੰਦਾ ਉਸ ਨੇ ਵੀ ਉਹ ਮਖੌਲ ਦੇ ਨਾਂ ਤਿੰਨ ਗੱਲਾਂ ਜੇਕਰ ਮਨੁੱਖ ਅਪਣਾ ਲਵੇ ਤਾਂ ਉਸ ਨੂੰ ਜ਼ਿੰਦਗੀ ਦੇ ਵਿੱਚ ਕੋਈ ਬਹੁਤੀ ਮੁਸ਼ਕਲ ਨਹੀਂ ਹੁੰਦੀ ਸਬਰ ਸਬਰ ਨਾਲ ਸਿਚੁਏਸ਼ਨ ਨੂੰ ਵਾਚ ਕਰੇ ਦੂਜਾ ਹੁੰਦਾ ਉਸ ਨੂੰ ਨਜ਼ਰ ਅੰਦਾਜ਼ ਕਰਨ ਦੇ ਨਾਲ ਦੂਜਾ ਹੁੰਦਾ ਤੀਜਾ ਹੁੰਦਾ ਉਸ ਨੂੰ ਸਮਝਣ ਦੇ ਨਾਲ ਇਸ ਭੁਲੇਖੇ ਤੋਂ ਮੁਕਤ ਹੋ ਜਾਓ ਕੇਵਲ ਮੈਂ ਹੀ ਠੀਕ ਹਾਂ ਦੂਜਾ ਵੀ ਠੀਕ ਹੋ ਸਕਦਾ ਹੈ ਅਰ ਅਕਸਰ ਦੂਜਾ ਠੀਕ ਹੁੰਦਾ ਹੈ ਕੋਈ ਚੀਜ਼ ਜਿਹੜੀ ਖਰਾਬ ਹੋ ਸਕਦੀ ਹੈ ਉਹ ਖਰਾਬ ਹੋਏਗੀ ਗਲਤ ਵਕਤ ਤੇ ਖਰਾਬ ਹੋਏਗੀ ਜਦੋਂ ਤੁਸੀਂ ਉਸ ਦਾ ਖਰਾਬ ਹੋਣਾ ਬਰਦਾਸ਼ਤ ਨਹੀਂ ਕਰ ਸਕੋਗੇ ਤੁਸੀਂ ਕਾਰ ਤੇ ਜਾਣਾ ਹੈਗਾ ਕਿਸੇ ਮਰੀਜ਼ ਨੂੰ ਲੈ ਕੇ ਜਾਣਾ ਬਾਰ ਉਸੇ ਵੇਲੇ ਖਰਾਬ ਹੋਏਗੀ ਸੋ ਇਹ ਬਰਦਾਸ਼ਤ ਕਰਨਾ ਚਾਹੀਦਾ ਹੈਗਾ ਇੱਕ ਵਿਆਹ ਸੀ ਉਥੇ 커피 ਬਣਾਉਣ ਵਾਲਾ ਬੰਦਾ ਜਿਹੜਾ ਸੀ ਉਹ ਲੇਟ ਆਇਆ ਤੇ ਮਾਲਕ ਨੇ ਉਸ ਨੂੰ ਗਾਲਾਂ ਕੱਢਣੀ ਸ਼ੁਰੂ ਕਰ ਦਿੱਤੀਆਂ ਉਹਦਾ ਮੂਡ ਹੀ ਖਰਾਬ ਕਰ ਦਿੱਤਾ ਤੇ ਠੀਕ ਵਿਹਾਰ ਕੀ ਸੀ ਵੀ ਗਾਲਾਂ ਬਾਤ ਚ ਕੱਢਣਾ ਹੁਣ ਉਸ ਨੂੰ ਇਹ ਹੀ ਕਹਿਣਾ ਚਾਹੀਦਾ ਹੈ ਭਾਈ ਜਲਦੀ ਕਰ ਤੂੰ ਪਹਿਲਾਂ ਹੀ ਦੇਰ ਕਰਕੇ ਆਇਆ ਹੈਗਾ ਸੋ ਬਹੁਤੇ ਲੋਕੋ ਬੁੱਢੇ ਹੁੰਦੇ ਹਨ ਹਮ ਕੋਈ ਕੋਈ ਹੁੰਦਾ ਜਿਹੜਾ ਬਜ਼ੁਰਗ ਬਣਦਾ ਬਿਲਕੁਲ ਬਜ਼ੁਰਗ ਦੇ ਵਿੱਚ ਮਾਫ ਕਰਨ ਦੀ ਬਿਰਤੀ ਹੁੰਦੀ ਹੈ ਹਮ ਮੈਂ ਕਈ ਵਾਰ ਇਹ ਕਹਿਣਾ ਹੁੰਦਾ ਜਦੋਂ ਤੁਹਾਨੂੰ ਕੋਈ ਮੁਸੀਬਤ ਪਵੇ ਨਾ ਉਸ ਵੇਲੇ ਗੁਰੂ ਗੋਬਿੰਦ ਸਿੰਘ ਨੂੰ ਸਾਹਮਣੇ ਰੱਖਣਾ ਵੀ ਕੀ ਇਹ ਮੁਸ਼ਕਲ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਦੀ ਮੁਸ਼ਕਲ ਨਾਲੋਂ ਵੀ ਵੱਡੀ ਹੈ ਉਹਨਾਂ ਨੇ ਕਿਵੇਂ ਸਾਰਾ ਕੁਝ ਬਰਦਾਸ਼ਤ ਕੀਤਾ ਸਾਰਾ ਕੁਝ ਸਹਿਣ ਕੀਤਾ ਫੇਰ ਵੀ ਉਹਨਾਂ ਨੇ ਜਿਹੜਾ ਸ਼ਬਦ ਉਚਾਰਿਆ ਉਹ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਿਹੜਾ ਬਿਲਕੁਲ ਉਹਦੇ ਵਿੱਚ ਕੀ ਸੀ ਜਿਹੜਾ ਉਹਨਾਂ ਨੇ ਬਰਦਾਸ਼ਤ ਨਹੀਂ ਕੀਤਾ ਸੋ ਇਸ ਤਰ੍ਹਾਂ ਬਹੁਤੇ ਝਗੜੇ ਜਿਹੜੇ ਹਨ ਜਿਨ੍ਹਾਂ ਵਿੱਚ ਬਦਲਾ ਲੈਣ ਦੀ ਬਿਰਤੀ ਪੈਦਾ ਹੁੰਦੀ ਹੈ ਉਹ ਇਹਨਾਂ ਚਾਰਾਂ ਦੇ ਵਿੱਚ ਹੁੰਦਾ ਜਿਹੜੇ ਮੈਂ ਤੁਹਾਨੂੰ ਦੱਸਿਆ ਹਮ ਪਤੀ ਪਤਨੀ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਹੈ ਉਹ ਵਿਥ ਪੈਦਾ ਹੁੰਦੀ ਹੈਗੀ ਹੈ ਬਹੁਤਿਆਂ ਹਾਲਤਾਂ ਦੇ ਵਿੱਚ ਇਹ ਸਮਝਣ ਦੀ ਲੋੜ ਹੈ ਕਿ ਰਿਸ਼ਤਾ ਕੋਈ ਵੀ ਸਿੱਧਾ ਨਹੀਂ ਹੁੰਦਾ ਹੁੰਦਾ ਹਮ ਮੈਂ ਤਾਂ ਆਪਣੇ ਵਿਦਿਆਰਥੀਆਂ ਨੂੰ ਇਹ ਕਹਿੰਦਾ ਹੁੰਦਾ ਜਦੋਂ ਵੀ ਕਿਸੇ ਲੜਕੇ ਲੜਕੀ ਦਾ ਪਿਆਰ ਹੋਏਗਾ 6 ਤੋਂ 8 ਮਹੀਨੇ ਦੇ ਵਿੱਚ ਵਿੱਚ ਕੋਈ ਤੀਜਾ ਬੰਦਾ ਪੈਦਾ ਹੋ ਜਾਏਗਾ ਉਹ ਲੜਕੀ ਵੀ ਹੋ ਸਕਦੀ ਹੈ ਉਹ ਲੜਕਾ ਵੀ ਹੋ ਸਕਦਾ ਉਸ ਤੋਂ ਬਾਅਦ ਉਸ ਪਿਆਰ ਕਰਨ ਵਾਲੇ ਲੜਕੇ ਲੜਕੀ ਦੀ ਸਾਰੀ ਗੱਲਬਾਤ ਜਿਹੜੀ ਹੈ ਨਾ ਉਹ ਤੀਜੇ ਬੰਦੇ ਦੇ ਨਾਲ ਜਿਹੜੀ ਹੈ ਨਾ ਉਹ ਹੋਏਗੀ ਵੀ ਤੂੰ ਉਸ ਨਾਲ ਕਿਉਂ ਗੱਲ ਕਰਦਾ ਤੂੰ ਉਸ ਨੂੰ ਕਿਉਂ ਮਿਲਦਾ ਤੂੰ ਉਸ ਨੂੰ ਕਿਉਂ ਕਰਦਾ ਸੋ ਇਹ ਇੱਕ ਬੜੀ ਵੱਡੀ ਪ੍ਰੋਬਲਮ ਹੈਗੀ ਹੈ ਜਦੋਂ ਪਤੀ ਪਤਨੀ ਕਿਸੇ ਸਮਾਗਮ ਤੇ ਜਾਂਦੇ ਹਨ ਨਾ ਤੇ ਉਥੇ ਪਤਨੀ ਜਿਹੜੀ ਹੈ ਉਹ ਜਿਆਦਾ ਕੋਖਵੀਂ ਨਜ਼ਰ ਨਾਲ ਵੇਖਦੀ ਹੈ ਕਿ ਮੇਰਾ ਪਤੀ ਕਿਸ ਨਾਲ ਗੱਲ ਕਰਦਾ ਮਤਲਬ ਉਹਨੂੰ ਆਪਣਾ ਵਿਹਾਰ ਠੀਕ ਲੱਗਦਾ ਹੂੰ ਇਹ ਬੜਾ ਵੱਡਾ ਨੁਕਸ ਹੈ ਲੋਕਾਂ ਦੇ ਵਿੱਚ ਉਹ ਆਪਣੇ ਵਿਹਾਰ ਨੂੰ ਠੀਕ ਸਮਝਦੇ ਹਨ ਤੇ ਨੁਕਸ ਦੂਜੇ ਦੇ ਵਿਹਾਰ ਦੇ ਵਿੱਚ ਕਰਦੇ ਹਨ ਬਿਲਕੁਲ ਦੂਜੇ ਦੇ ਵਿਹਾਰ ਨੂੰ ਪਹਿਲਾਂ ਸਿਚੁਏਸ਼ਨ ਵੇਖੋ ਜਿਹੜਾ ਜਦੋਂ ਵੀ ਹਸਬੰਡ ਵਾਈਫ ਇੱਕ ਦੂਜੇ ਦਾ ਟੈਲੀਫੋਨ ਫਰੋਲਣਗੇ ਗੜਬੜ ਹੋਵੇਗੀ ਹੂੰ ਕਈ ਵਾਰੀ ਕੀ ਹੁੰਦਾ ਹੈ ਮੈਸੇਜ ਬੜਾ ਸਿੰਪਲ ਹੀ ਹੁੰਦਾ ਸਧਾਰਨ ਹੀ ਹੁੰਦਾ ਹੂੰ ਪਰ ਕਿਉਂਕਿ ਪਤੀ ਪਤਨੀ ਨੂੰ ਉਸ ਮੈਸੇਜ ਦਾ ਕੰਟੈਕਸਟ ਨਹੀਂ ਪਤਾ ਹੁੰਦਾ ਹਾਂ ਸੰਦਰਭ ਨਹੀਂ ਪਤਾ ਹੁੰਦਾ ਵੀ ਇਹ ਮੈਸੇਜ ਦੇਣ ਦੀ ਲੋੜ ਕਿਉਂ ਪਈ ਇਹ ਮੈਸੇਜ ਦਾ ਅਸਲ ਮਤਲਬ ਕੀ ਹੈਗਾ ਤੇ ਉਹ ਕੀ ਕਰਦਾ ਕਿ ਇੱਕ ਦੂਜੇ ਦੇ ਨਾਲ ਮਨ ਮਟਾਓ ਜਿਹੜਾ ਹੈ ਉਹਨਾਂ ਦਾ ਹੋ ਜਾਂਦਾ ਹੈਗਾ ਉਹ ਲੜਨ ਲੱਗ ਪੈਂਦੇ ਆ ਲੜਨ ਲੱਗ ਪੈਂਦੇ ਇੱਕ ਦੂਜੇ ਤੇ ਤੁਮਤਾਂ ਲਾਉਣ ਲੱਗ ਪੈਂਦੇ ਇਹ ਆਮ ਤੌਰ ਤੇ ਹੁੰਦਾ ਜਿਨ੍ਹਾਂ ਦੇ ਪਿਆਰ ਵਿਆਹ ਹੁੰਦੇ ਆ ਨਾ ਮੇਰਾ ਇੱਕ ਵਾਕ ਹੈਗਾ ਵੀ ਜੇ 5 ਸਾਲ ਪਿਆਰ ਰਿਆ ਹੋਵੇ ਤੇ ਵਿਆਹ ਹੋ ਜਾਵੇ ਇੱਕ ਹਫ਼ਤੇ ਬਾਅਦ ਹੂੰ ਵਿਆਹ 5 ਸਾਲ 5 ਦਿਨ ਪਰ ਵਿਆਹ ਇੱਕ ਹਫ਼ਤਾ ਪੁਰਾਣਾ ਨਹੀਂ ਹੁੰਦਾ 5 ਸਾਲ ਹੀ ਹਫ਼ਤਾ ਪੁਰਾਣਾ ਹੁੰਦਾ ਬਿਲਕੁਲ ਉਹ ਪੁਰਾਣੀਆਂ ਰੜਕਾਂ ਨਾ ਜਿਹੜੀਆਂ ਜ਼ਿੰਦਗੀ ਦੀ ਅਸੰਤੁਸ਼ਟਤਾ ਹੂੰ ਬੰਦੇ ਨੂੰ ਮਜਬੂਰ ਕਰਦੀ ਹੈ ਕਿ ਉਹ ਆਪਣੀਆਂ ਸਮੱਸਿਆਵਾਂ ਦਾ ਦੋਸ਼ ਕਿਸੇ ਹੋਰ ਤੇ ਦੇਵੇ ਬਿਲਕੁਲ ਔਰਤ ਵਾਸਤੇ ਪੁਰਸ਼ ਦਾ ਸਭ ਤੋਂ ਵੱਡਾ ਨੁਕਸ ਇਹ ਹੈ ਕਿ ਪੁਰਸ਼ ਉਸ ਦਾ ਪਤੀ ਹੈ ਮਤਲਬ ਉਸ ਦਾ ਪਤੀ ਜਿਹੜਾ ਨਾ ਉਹਦੇ ਵਿੱਚ ਨੁਕਸ ਹੈ ਬਾਕੀ ਸਾਰੇ ਪੁਰਸ਼ ਠੀਕ ਹਨ ਹਮ ਬਾਕੀ ਸਾਰੇ ਪੁਰਸ਼ ਠੀਕ ਹਨ ਇਹ ਬੜੀ ਵੱਡੀ ਸਮੱਸਿਆ ਹੈ ਮੈਂ ਤੁਹਾਨੂੰ ਦੱਸਾਂ ਪਰ ਚੁਟਕਲੇ ਤਾਂ ਤੁਸੀਂ ਬੀਬੀਆਂ ਤੇ ਜ਼ਿਆਦਾ ਬਣਾਈ ਜਾਂਦੇ ਹੋ ਕਿ ਵਈ ਅੱਜ ਕੱਲ ਜਿਹੜਾ ਵੀ ਚੁਟਕਲਾ ਦੂਜਾ ਤੀਜਾ ਹਰ ਇੱਕ ਚੁਟਕਲਾ ਬੀਬੀ ਤੇ ਬਣਿਆ ਹੋਇਆ ਕਿ ਬੀਬੀਆਂ ਵਿਆਹ ਵਾਲੀਆਂ ਵਿਆਹ ਹੋ ਜਾਂਦਾ ਜਦੋਂ ਉਹ ਘਰ 'ਚ ਇੰਨੀਆਂ ਸਮੱਸਿਆਵਾਂ ਪੈਦਾ ਕਰਦੀਆਂ ਨੇ ਨਹੀਂ ਚੁਟਕਲੇ ਤਾਂ ਆਦਮੀਆਂ ਦੇ ਵੀ ਹੈਗੇ ਆ ਤੁਸੀਂ ਕਦੇ ਔਰਤਾਂ ਨੂੰ ਗੱਲਬਾਤ ਕਰਦੇ ਸੁਣਿਆ ਹਾਂਜੀ ਔਰਤਾਂ ਜਦੋਂ ਵੀ ਕਿਸੇ ਪੁਰਸ਼ ਬਾਰੇ ਗੱਲ ਕਰਨ ਗਈਆਂ ਨਾ ਉਸਨੂੰ ਬੇਵਾਕੂਫ ਬਣਾ ਰਹਿਣ ਗਿਆ ਜਾਂ ਬੇਵਾਕੂਫ ਉਹਦੇ ਤੇ ਵਕੂਫ ਹੋਣ ਤੋਂ ਸ਼ੁਰੂ ਕਰਨ ਗਿਆ। ਹਮ ਇੱਕ ਥੀਵੀ ਨੇ ਦੂਜੀ ਨੂੰ ਕਿਹਾ ਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਛਤਾਵਾ ਇਹ ਹੈ ਜਿਸ ਬੰਦੇ ਨਾਲ ਮੈਂ ਵਿਆਹ ਕੀਤਾ। ਹਮ ਤੇ ਦੂਜੀ ਕਹਿੰਦੀ ਤੈਨੂੰ ਤਾਂ ਇੱਕੋ ਹੀ ਪਛਤਾਵਾ ਮੈਨੂੰ ਤਾਂ ਚਾਰ ਪਛਤਾਵੇ ਆ। ਸੋ ਚੁਟਕਲੇ ਜਿਹੜੇ ਹੈਗੇ ਆ ਉਹ ਉਹਨਾਂ ਦਾ ਉਦੇਸ਼ ਹੁੰਦਾ ਹੈ ਚੁਟਕਲੇ ਸਾਡੇ ਮਨ ਦੇ ਵਿੱਚ ਪੈਦਾ ਹੋਏ ਉਹ ਟੈਨਸ਼ਨ ਨੂੰ ਦੂਰ ਕਰਨ ਵਾਸਤੇ ਹੁੰਦੇ। ਹਾਂਜੀ। ਮੈਂ ਇੱਕ ਲੇਖ ਲਿਖਿਆ ਸੀ ਕਿ ਔਰਤਾਂ ਜਿਆਦਾ ਗੱਲਾਂ ਕਿਉਂ ਕਰਦੀਆਂ ਹਨ। ਹੂੰ। ਉਹਨੂੰ ਠੀਕ ਤਾਂ ਸਮਝੇ ਨਹੀਂ ਮੈਂ ਉਹਦਾ ਫਿਰ ਸੋਚਿਆ ਵੀ ਇਹਦਾ ਜਿਹੜਾ ਸਰਲੇਖ ਹੈ ਨਾ ਔਰਤਾਂ ਨੂੰ ਜਿਆਦਾ ਵਧੇਰੇ ਗੱਲਾਂ ਕਰਨ ਦੀ ਲੋੜ ਕਿਉਂ ਪੈਂਦੀ ਹੈ? ਹੂੰ। ਔਰਤਾਂ ਕੋਲ ਕਰਨ ਵਾਲੀਆਂ ਗੱਲਾਂ ਜ਼ਿਆਦਾ ਹੁੰਦੀਆਂ। ਜ਼ਿਆਦਾ ਹੁੰਦੀਆਂ ਨੇ। ਬਿਲਕੁਲ। ਆਦਮੀ ਜਿਹੜਾ ਨਾ ਉਸ ਦਾ ਕੰਮ ਕੇਵਲ ਪੈਸੇ ਕਮਾਉਣਾ ਹੁੰਦਾ ਔਰਤ ਨੇ ਘਰ ਸੰਭਣਾ ਹੁੰਦਾ ਬੱਚੇ ਸਾਹਮਣੇ ਹੁੰਦੇ ਹਨ ਸੱਸ ਸਹੁਰਾ ਸਾਹਮਣਾ ਹੁੰਦਾ ਆਪਣੇ ਮਾਪੇ ਜਿਹੜੇ ਹਨ ਉਹਨਾਂ ਦਾ ਧਿਆਨ ਰੱਖਣਾ ਹੁੰਦਾ ਆਪਣੇ ਪ੍ਰਾਣਾ ਪਰਾਂਵਾਂ ਨਾਲ ਰਿਸ਼ਤੇਦਾਰਾਂ ਨਾਲ ਬਣਾ ਕੇ ਰੱਖਣੀ ਹੁੰਦੀਆਂ ਉਹਦੇ ਕੋਲ ਕਰਨ ਵਾਲੀਆਂ ਗੱਲਾਂ ਹੁੰਦੀਆਂ ਜ਼ਿਆਦਾ ਹੈਗੀਆਂ ਇਸ ਕਰਕੇ ਉਹ ਵਧੇਰੇ ਗੱਲਾਂ ਕਰਦੀਆਂ ਉਹਨਾਂ ਨੂੰ ਵਧੇਰੇ ਗੱਲਾਂ ਕਰਨ ਦੀ ਲੋੜ ਪੈਂਦੀ ਹੈ ਕਈ ਵਾਰੀ ਇਸ ਤਰ੍ਹਾਂ ਕਹਿੰਦੇ ਇਹ ਪਤੀ ਮੇਰੀ ਗੱਲ ਹੀ ਨਹੀਂ ਸੁਣਦਾ ਹੈ ਪਾ ਇਹ ਗੱਲ ਤਾਂ ਸੁਨੇਗਾ ਪਰੰਤੂ ਉਹ ਗੱਲ ਸੁਣਨ ਦਾ ਪੈਸੇ ਲੈਂਦਾ ਹੈ ਜੇ ਤੂੰ ਪੈਸੇ ਦੇਵੇਂ ਉਸ ਨੂੰ ਗੱਲ ਸੁਣਾਉਣ ਦੇ ਉਹ ਤੇਰੀ ਵੀ ਗੱਲ ਸੁਣੀ ਜਾਊਗਾ ਜੋ ਮਰਜੀ ਬੋਲੇ ਜਾ ਆਦਮੀ ਜਿਹੜਾ ਹੈ ਨਾ ਉਸ ਦੀ ਬਿਰਤੀ ਜਿਹੜੀ ਹੈ ਉਹ ਮਾਨਿਟਰੀ ਹੈ ਉਹ ਪੈਸੇ ਕਮਾਉਣ ਦੇ ਵਿੱਚ ਉਹਦੀ ਬਿਰਤੀ ਹੈਗੀ ਹੈ ਬਾਕੀ ਹੋਰ ਕਿਸੇ ਚੀਜ਼ ਦੇ ਵਿੱਚ ਉਹ ਨਹੀਂ ਹੈ ਨਾਲੇ ਔਰਤਾਂ ਦੇ ਵਿੱਚ ਹੋਰ ਹੈਗਾ ਤੁਸੀਂ ਕੋਈ ਗੱਲ ਜਿਹੜੀ ਹੈ ਨਾ ਔਰਤਾਂ ਦੇ ਗੈਦਰਿੰਗ ਦੇ ਵਿੱਚ ਕਰੋ ਨਾ ਤੇ ਔਰਤ ਸਮਝੇ ਮੈਨੂੰ ਲਾ ਕੇ ਕਹੀ ਜਾ ਰਹੀ ਹੈ ਉਹਨਾਂ ਨੂੰ ਕੋਈ ਚੁਟਕਲਾ ਵੀ ਸੁਣਾਓ ਨਾ ਤੇ ਉਹ ਸਮਝਦੀ ਹੈ ਕਿ ਇਹ ਮੈਨੂੰ ਜਿਹੜਾ ਨਾ ਮੇਰੇ ਵਿੱਚ ਨੁਕਸ ਕੱਟ ਰਿਹਾ ਹੈਗਾ ਇਹੋ ਜੀ ਗੱਲ ਨਹੀਂ ਹੁੰਦੀ ਹੈਗੇ ਥੋੜਾ ਜਿਆ ਖੁੱਲੇ ਖੁਲਾਸੇ ਸੁਆਵ ਦਾ ਹੋਣਾ ਚਾਹੀਦਾ ਹੈਗਾ ਜਿਹੜਾ ਬੰਦਾ ਕਾਲੇ ਰੰਗ ਦਾ ਹੈ ਨਾ ਤੇ ਮਧਰਾ ਤੇ ਮੋਟਾ ਜੇਕਰ ਉਹ ਆਪਣੇ ਇਹਨਾਂ ਤਿੰਨ ਔਗਣਾ ਤੇ ਦੋਸ਼ਾਂ ਤੇ ਆਪ ਹਾਸਲਵੇ ਨਾ ਕੋਈ ਇਹਨਾਂ ਨੂੰ ਉਹ ਕੋਈ ਵੀ ਉਹਦਾ ਮਖੌਲ ਨਹੀਂ ਉਡਾਏਗਾ ਹਾਂ ਜੇ ਉਹ ਆਪ ਹੀ ਕਹਿ ਦੇਣਾ ਕਿ ਮੈਂ ਤਾਂ ਤਵੇ ਵਰਗਾ ਕਾਲਾ ਹੈਗਾ ਮੈਂ ਤਾਂ ਫੁੱਟਵਾਲ ਵਰਗਾ ਮਧ ਰਹੇਗਾ ਸੋ ਕੋਈ ਉਹਦਾ ਮਖੌਲ ਨਹੀਂ ਉਡਾਏਗਾ ਜੇ ਮਖੌਲ ਤੁਸੀਂ ਆਪ ਐਸੇ ਕਰਕੇ ਮੈਂ ਕਹਿੰਦਾ ਹੈਗਾ ਜੇਕਰ ਤੁਸੀਂ ਕੋਈ ਇਹੋ ਜੀ ਗੱਲ ਕਰ ਰਹੇ ਹੋ ਜਿਸ ਦਾ ਤੁਹਾਡੇ ਪਤਨੀ ਨੂੰ ਪਤਾ ਲੱਗ ਹੀ ਜਾਣਾ ਤੇ ਉਸ ਨੇ ਇਹਦੇ ਗਲਤ ਅਰਥ ਕੱਢਣੇ ਆ ਤੁਸੀਂ ਆਪ ਹੀ ਉਸ ਨੂੰ ਦੱਸ ਦਿਓ ਤਾਂ ਕਿ ਉਹ ਉਸ ਦੇ ਗਲਤ ਅਰਥ ਨਾ ਕੱਢੇ ਸੋ ਪਤੀ ਪਤਨੀ ਨੂੰ ਇਹ ਜਿਹੜਾ ਤਿਕੋਣ ਬਣ ਜਾਂਦੀ ਹੈ ਨਾ ਰਿਸ਼ਤੇ ਦੇ ਧਰਮ ਇਸ ਸਮੱਸਿਆ ਨੂੰ ਹੱਲ ਨਹੀਂ ਕਰ ਸਕਿਆ ਹਰ ਧਰਮ ਨੇ ਵਿਆਹ ਤੋਂ ਬਾਹਰ ਇਹ ਸਬੰਧਾਂ ਦੀ ਨਿੰਦਾ ਕੀਤੀ ਹੈ ਪਰੰਤੂ ਹੱਲ ਨਹੀਂ ਕਰ ਸਕਿਆ ਇਸ ਸਮੱਸਿਆ ਨੂੰ ਇਹ ਹਰ ਯੁੱਗ ਦੇ ਵਿੱਚ ਹਰ ਦੌਰ ਦੇ ਵਿੱਚ ਇਸ ਸਮੱਸਿਆ ਬਣੀ ਰਹੀ ਹੈ ਜੇ ਆਪਾਂ ਮਾਫ ਨਹੀਂ ਕਰਦੇ ਕਿਸੇ ਨੂੰ ਮੰਨ ਲਓ ਕਿਆਂ ਕਿਆਂ ਦਾ ਸੁਭਾਅ ਹੁੰਦਾ ਹੈ ਕਿ ਉਹ ਛੋਟੀ ਛੋਟੀ ਚੀਜ਼ ਤੇ ਰिएक्ट ਕਰਦੇ ਨੇ ਫਿਰ ਉਹ ਛੋਟੀਆਂ ਛੋਟੀਆਂ ਗਲਤੀਆਂ ਨਹੀਂ ਪਰ ਕਈ ਵਾਰ ਜ਼ਿੰਦਗੀ ਚ ਇਹੋ ਜਿਹਾ ਕੁਝ ਵਾਪਰ ਜਾਂਦਾ ਜਿੱਥੇ ਸਾਨੂੰ ਲੱਗਦਾ ਕਿ ਮਾਫ ਕਰਨਾ ਸੰਭਵ ਹੀ ਨਹੀਂ ਹੁੰਦਾ ਹਨਾ ਤੁਹਾਡੇ ਨਾਲ ਕੋਈ ਬਹੁਤ ਵੱਡੇ ਤਰ੍ਹਾਂ ਦੇ ਧੋਖੇ ਹੋ ਜਾਂਦੇ ਆ ਉਹ ਰਿਸ਼ਤਿਆਂ ਚ ਵੀ ਹੋ ਸਕਦੇ ਆ ਉਹ ਕਿਸੇ ਵਪਾਰ ਚ ਵੀ ਹੋ ਸਕਦੇ ਆ ਉਹ ਸਮਾਜਿਕ ਤੌਰ ਤੇ ਵੀ ਹੋ ਸਕਦੇ ਆ ਫਿਰ ਇਸ ਚੀਜ਼ ਦਾ ਸਾਡੇ ਤੇ ਕੀ ਅਸਰ ਪੈਂਦਾ ਨਵੇਂ ਨਵੇਂ ਸੁਣੋ ਸਿਆਮਾ ਆਉਂਦੀਆਂ ਰਹਿੰਨਾ ਤੇ ਪੁਰਾਣੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹ ਪੁੱਲਦੀਆਂ ਰਹਿੰਦੀ ਹੈ। ਜੇ ਤੁਹਾਡੇ ਕੋਲ ਸਕੂਟਰ ਹੈ ਤਾਂ ਤੁਹਾਨੂੰ ਸਕੂਟਰ ਦੀਆਂ ਸਮੱਸਿਆਵਾਂ ਪੈਣਗੀਆਂ, ਕਾਰ ਦੀਆਂ ਨਹੀਂ ਪੈਣਗੀਆਂ। ਕਾਰ ਲੈ ਲੇ ਫਿਰ ਕਾਰ ਦੀਆਂ ਪੈਣਗੀਆਂ। ਤੁਹਾਡਾ ਆਪਣਾ ਵਿਆਹ ਹੋਇਆ ਹੋਇਆ ਤੇ ਤੁਹਾਡੇ ਇਨ-ਲਾਸ ਤੁਹਾਡੇ ਨਾਲ ਨਹੀਂ ਰਹਿੰਦੇ। ਤੁਹਾਡੀਆਂ ਹੋਰ ਕਿਸਮ ਦੀਆਂ ਸਮੱਸਿਆਵਾਂ ਆਉਣਗੀਆਂ। ਇਨ-ਲਾਸ ਆ ਜਾਣ, ਹੋਰ ਕਿਸਮ ਦੀਆਂ ਸਮੱਸਿਆ। ਮਨੁੱਖ ਜਿਹੜਾ ਨਾ ਉਹ ਸਮੱਸਿਆਵਾਂ ਦਾ ਕੇਂਦਰ ਹੈ। ਹੂੰ ਸੋ ਸਮਸ਼ਿਆਵਾਂ ਨੂੰ ਜੇਕਰ ਅਸੀਂ ਨਾਲ ਦੇ ਨਾਲ ਹੱਲ ਕਰਦੇ ਰਹੀਏ ਤਾਂ ਉਹ ਇਕੱਠੀਆਂ ਨਹੀਂ ਹੁੰਦੀਆਂ ਉਹਨਾਂ ਦੇ ਨਾਲ ਬਿਟਰਨੈਸ ਪੈਦਾ ਨਹੀਂ ਹੁੰਦੀ ਜੇਕਰ ਸਮਸ਼ਿਆਵਾਂ ਇਕੱਠੀਆਂ ਹੋ ਜਾਣ ਤਾਂ ਕਈਆਂ ਦੇ ਸਰੀਰ ਦੇ ਵਿੱਚ ਲਹੂ ਨਹੀਂ ਹੁੰਦਾ ਤੇ ਰਾਵ ਹੁੰਦਾ ਹੂੰ ਉਹ ਹਰ ਗੱਲ ਤੇ ਲੜਦੇ ਹਨ ਤੁਸੀਂ ਕਹਿੰਦੇ ਪਿੰਡ ਗਏ ਹੋ ਪਿੰਡ ਜਾ ਕੇ ਨਾ ਪਿਓ ਪੁੱਤਰ ਪਤਨੀ ਪਤੀ ਮਾਂ ਪੁੱਤਰ ਮਾਂ ਪਤੀ ਉਹ ਮਤਲਬ ਕਿ ਇੱਕ ਦੂਜੇ ਨਾਲ ਬੋਲਦੇ ਇਵੇਂ ਆ ਅੰਨਾ ਹੋ ਗਏ ਹਨ ਮਤਲਬ ਕਿ ਇਹ ਉਹਨਾਂ ਦੀ ਬੋਲਬਾਣੀ ਹੈ ਆਮਦਾਰਨ ਬੋਲਬਾਣੀ ਹੈਗੀ ਉਹ ਬੁੜਿਆ ਕਿੱਥੇ ਚਾਈ ਜੰਨਾ ਤੂੰ ਕਿਉਂ ਪੰਗੇ ਲਈ ਜੰਨਾ ਮਤਲਬ ਪੁੱਤਰ ਪੇਵ ਨੂੰ ਬੁੜਾ ਕਹਿ ਰਿਹਾ ਸੋ ਇਸ ਕਾਰਨ ਕਰਕੇ ਉਹਨਾਂ ਦੇ ਵਿੱਚ ਉਹ ਜਿਹੜੀ ਹੈ ਨਾ ਨਿਫਾਸਤ ਜਾਂ ਨਿਮਰਤਾ ਜਾਂ ਨਰਮੀ ਉਹ ਨਹੀਂ ਆਉਂਦੀ ਹੈਗੀ ਇੱਕ ਮਨੁੱਖ ਦੇ ਕੰਮ ਵੀ ਜਿਹੜੇ ਹਨ ਉਹ ਉਸ ਨੂੰ ਬਦਲ ਦਿੰਦੇ ਐ ਖੇਤੀਬਾੜੀ ਦੇ ਵਿੱਚ ਕੰਮ ਕਰਨ ਵਾਲਾ ਬੰਦਾ ਜਿਹੜਾ ਨਾ ਉਹ ਮਿੱਟੀ ਨਾਲ ਮਿੱਟੀ ਹੁੰਦਾ ਉਹਨੂੰ ਇਤਨੀ ਸਖਤ ਮਿਹਨਤ ਕਰਨੀ ਪੈਂਦੀ ਐ ਫੇਰ ਕੁਦਰਤ ਜਿਹੜੀ ਐ ਗੜੇ ਮਾਰ ਕਰ ਦਿੰਦੀ ਹੈਗੀ ਐ ਹਨੇਰੀ ਆ ਜਾਂਦੀ ਐ ਮੀਂਹ ਪੈਣ ਲੱਗ ਜਾਂਦੇ ਜਦੋਂ ਫਸਲ ਤਿਆਰ ਹੁੰਦੀ ਐ ਉਹਦੀ ਜ਼ਿੰਦਗੀ ਦੇ ਵਿੱਚ ਨੈਗੇਟਿਵ ਗੱਲਾਂ ਇਤਨੀਆਂ ਵਾਪਰਦੀਆਂ ਕਿ ਉਹ ਨਰਮ ਨਹੀਂ ਹੋ ਸਕਦਾ ਇਹ ਬੜੀ ਵੱਡੀ ਸਮੱਸਿਆ ਹੈਗੀ ਸੋ ਇਸੇ ਤਰੀਕੇ ਨਾਲ ਗਵਾਂਡੇ ਦੇ ਨਾਲ ਹੁਣ ਗਵਾਂਡੇ ਜਿਹੜਾ ਡਾਕਟਰ ਹੋਏਗਾ ਤਾਂ ਝਗੜਾ ਨਹੀਂ ਹੋਏਗਾ ਕਿਉਂਕਿ ਉਸ ਬੰਦੇ ਨੂੰ ਇਨੀਕ ਤਾਂ ਸਿਆਣਾ ਪੁੰਦੀ ਹੈ ਨਾ ਤੇ ਲੋਡ ਪੈਣ ਤੇ ਇਹ ਮਦਦਗਾਰ ਸਾਬਤ ਹੋ ਸਕਦਾ ਹੈਗਾ ਹੂੰ ਐਸੇ ਤਰੀਕੇ ਨਾਲ ਕਈ ਲੋਕਾਂ ਨੇ ਨੌਕਰੀ ਨਹੀਂ ਕਰਨੀ ਆਉਂਦੀ ਉਹ ਬੌਸ ਨਾਲੇ ਲੜੇ ਜਾਣਗੇ ਬੌਸ ਦਾ ਬੌਸ ਹੈ ਮੈਂ ਬਹੁਤ ਸਾਰੇ ਚਪੜਾਸੀ ਵੇਖੇ ਹਨ ਜਿਹੜੇ ਤਰੱਕੀ ਕਰਦੇ 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 ਅਫਸਰ ਬਣ ਗਏ ਉਹਨਾਂ ਨੂੰ ਟੈਲੀਫੋਨ ਸੁਣਨਾ ਆਉਂਦਾ ਸੀ ਉਹਨਾਂ ਨੂੰ ਡਿਸਪੈਚ ਕਰਨੇ ਆਉਂਦੇ ਸੀ ਚਿੱਠੇ ਉਹਨਾਂ ਨੂੰ ਕਾਰ ਡਰਾਈਵਿੰਗ ਆਉਂਦੀ ਸੀ ਕਹਿਣ ਤੋਂ ਪਾਵੇਗਾ ਕਿ ਜਿਹੜਾ ਬੰਦਾ ਯੂਸਫੁਲ ਹੋਏਗਾ ਉਸ ਦੀ ਲੋਕ ਮਦਦ ਕਰਨਗੇ ਮੈਂ ਸਾਡੇ ਇੱਕ ਪ੍ਰੋਫੈਸਰ ਸੀਗੇ ਉਹ ਉਹਨਾਂ ਦੀ ਅੱਖਾਂ ਦੀ ਨਜ਼ਰ ਜਾਂਦੀ ਰਹੇ ਉਹਨਾਂ ਨੇ ਪੰਜ ਮੁੰਡੇ ਆਪਣੇ ਕੋਲ ਰੱਖ ਕੇ ਫੜਾਈ ਉਹ ਮੁੰਡੇ ਜਿਹੜੇ ਸੀਗੇ ਜਦੋਂ ਉਹਨਾਂ ਨੇ ਕਿਤੇ ਜਾਣਾ ਹੁੰਦਾ ਸੀਗਾ ਤਾਂ ਉਹ ਉਹਨਾਂ ਨੂੰ ਉੱਥੇ ਲੈ ਜਾਂਦੇ ਸੀਗੇ ਉਹਨਾਂ ਨੇ ਬੋਲ-ਬੋਲ ਕੇ ਉਹਨਾਂ ਨੂੰ ਐਵੇਂ ਕਰਵਾ ਦਿੱਤੀ ਤੇ ਉਹ ਪੰਜਾਂ ਚੋਂ ਤਿੰਨ ਜਿਹੜੇ ਹਨ ਉਹ ਕਾਲਜਾਂ ਵਿੱਚ ਲੱਗੇ ਹੋਏ ਹਨ ਤੇ ਦੋ ਸਕੂਲ ਦੇ ਵਿੱਚ ਲੱਗੇ ਹੋਏ ਹਨ ਸੋ ਲਾਭ ਉਠਾਉਣਾ ਸਿੱਖੋ ਜਦੋਂ ਤੁਸੀਂ ਕਿਸੇ ਦਾ ਇਸ ਲੈਵਲ ਤੇ ਸਤਿਕਾਰ ਕਰੋਗੇ ਕਿ ਇਹ ਮੇਰੇ ਤੋਂ ਵੱਡਾ ਹੈ ਵਿਆਹ ਵੇਲੇ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਪਤੀ ਦਾ ਕੱਦ ਪਤਨੀ ਨਾਲੋਂ ਵੱਡਾ ਹੋਣਾ ਚਾਹੀਦਾ ਹੈ। ਹੂੰ ਉਹਦੀ ਕੁਆਲਿਫੀਕੇਸ਼ਨ ਜ਼ਿਆਦਾ ਹੋਣੀ ਚਾਹੀਦੀ ਹੈ। ਉਸ ਦੀ ਆਮਦਨ ਜ਼ਿਆਦਾ ਹੋਣੀ ਚਾਹੀਦੀ ਹੈ। ਉਸ ਦਾ ਪਰਿਵਾਰ ਜਿਹੜਾ ਹੈ ਲੜਕੀ ਦੇ ਪਰਿਵਾਰ ਨਾਲੋਂ ਉੱਚਾ ਹੋਣਾ ਚਾਹੀਦਾ ਵਗੈਰਾ ਵਗੈਰਾ। ਹੁਣ ਇਹਨਾਂ ਗੱਲਾਂ ਦਾ ਉਂਝ ਕੋਈ ਮਤਲਬ ਨਹੀਂ ਹੈ। ਜੇਕਰ ਪਤਨੀ ਦਾ ਕੱਦ ਲੰਮਾ ਹੋਵੇ ਤਾਂ ਉਹ ਨਾਲ ਕੀ ਹੋ ਜਾਊਗਾ? ਹੂੰ ਕਾਰਨ ਇਹ ਹੈ ਕਿ ਜੇਕਰ ਪਤੀ ਦਾ ਕੱਦ ਉੱਚਾ ਹੋਵੇ ਤਾਂ ਪਤਨੀ ਉਸ ਦਾ ਮਾਣ ਕਰਦੀ ਹੈ। ਜੇਕਰ ਪਤੀ ਜਿਹੜਾ ਹੈ ਉਹ ਵਧੇਰੇ ਕੁਆਲੀਫਾਈਡ ਹੋਵੇ ਤਾਂ ਪਤਨੀ ਜਿਹੜਾ ਹੈ ਪਤਨੀ ਜਿਹੜੀ ਹੈ ਇਸ ਨੂੰ ਆਪਣੀ ਕੁਆਲੀਫਿਕੇਸ਼ਨ ਸਮਝਦੀ ਆ ਤੇ ਜੇਕਰ ਪਤੀ ਚੰਗਾ ਹੋਵੇ ਤਾਂ ਉਹ ਪਤਨੀ ਨੂੰ ਉਹ ਉਹਦੀ ਔਰਤ ਬਣਾ ਲਏਗਾ ਜਿਹੋ ਜਹੀ ਉਹ ਉਸ ਨੂੰ ਬਣਾਉਣੀ ਚਾਹੁੰਦਾ ਜੇਕਰ ਇਸਤਰੀ ਆਪਣੇ ਪਤੀ ਦਾ ਸਤਿਕਾਰ ਕਰੇ ਤਾਂ ਸਮੱਸਿਆਵਾਂ ਪੈਦਾ ਨਹੀਂ ਹੁੰਦੀ ਆ ਜੇਕਰ ਮੇਰਾ ਇੱਕ ਦੋਸਤ ਹੈਗਾ ਅਮਰੀਕਾ ਤੋਂ ਜਿਹੜਾ ਆਉਂਦਾ ਹੈ ਉਹ ਆਪਣੇ ਪੇਰੈਂਟਸ ਨੂੰ ਮਿਲਦਾ ਹੈ। ਹੂੰ ਤੇ ਉਹ ਆਪਣੇ ਵਾਈਫ ਨੂੰ ਵੀ ਭੇਜ ਦਿੰਦਾ ਹੈ। ਉਹਦੇ ਪੇਰੈਂਟਸ ਦੇ ਕੋਲ। ਉਹ ਕਹਿੰਦਾ ਜੇ ਮੇਰਾ ਦਿਲ ਕਰਦਾ ਤਾਂ ਇਹਦਾ ਵੀ ਕਰਦਾ। ਹੂੰ ਬਿਲਕੁਲ ਮੈਂ ਇਹੀ ਗੱਲ ਕਹਿਣ ਲੱਗੀ ਸੀ ਵੀ ਸਤਕਾਰ ਬੰਦੇ ਨੂੰ ਵੀ ਕਰਨਾ ਚਾਹੀਦਾ ਪਤਨੀ ਦਾ। ਇਹਦਾ ਵੀ ਕਰਦਾ ਹੈ। ਹੂੰ ਫਿਰ ਉਹ ਆਪ ਵੀ ਜਾਂਦਾ ਉੱਥੇ। ਹੂੰ ਸੋ ਜ਼ਿੰਦਗੀ ਦੇ ਟੰਗ ਤਾਂ ਬੜੇ ਸੌਖੇ ਹਨ। ਸੜਕਾਂ ਤੇ ਟਕਰਾ ਹੁੰਦੀਆਂ, ਟਕਰਾ ਗਲਤੀਆਂ ਕਰਕੇ ਹੁੰਦੀਆਂ। ਹੂੰ ਮਾੜਾ ਸਪੀਡ ਜਿੰਨੀ ਅਲਾਉਡ ਹੈ ਉਸ ਨਾਲ ਜਿਆਦਾ ਚਲਾਉਣ ਕਰਕੇ ਹੁੰਦੀਆਂ ਰੈੱਡ ਲਾਈਟ ਨੂੰ ਕ੍ਰਾਸ ਕਰਨ ਤੇ ਹੁੰਦੀਆਂ ਸੋ ਜ਼ਿੰਦਗੀ ਦੇ ਵਿੱਚ ਠੀਕ ਢੰਗ ਨਾਲ ਜੇਕਰ ਜੀਵਿਆ ਜਾਵੇ ਤਰੱਕੀ ਉਹ ਕਰਦੇ ਆ ਜਿਹੜੇ ਠੀਕ ਢੰਗ ਨਾਲ ਜੀਉਂਦੇ ਆ ਜਿਨ੍ਹਾਂ ਦੇ ਵਿੱਚ ਬਦਲਾ ਲੈਣ ਦੀ ਬਿਰਤੀ ਨਹੀਂ ਹੁੰਦੀ ਮੈਨੂੰ ਵੀ ਕੋਈ ਗਾਲਾਂ ਕੱਢ ਲੈਂਦਾ ਮੈਂ ਕਹਿੰਦਾ ਹੋਰ ਕੱਟ ਗਿਆ ਤੂੰ ਵੀ ਕੱਟ ਗਿਆ ਤਾਂ ਕੀ ਹੋ ਗਿਆ ਮੈਨੂੰ ਯਾਦ ਆ ਇੱਕ ਵਾਰੀ ਕਿਸੇ ਨੇ ਮੈਨੂੰ ਕੁਇ ਬੁਰਾ ਬਲਕਿਆ ਤੇ ਮੈਂ ਉਸ ਨੂੰ ਕਿਹਾ ਮੈਂ ਕਿਹਾ ਯਾਰ ਦੋਸਤ ਮੈਂ ਤੇਰੀ ਹਰ ਇੱਕ ਗੱਲ ਦਾ ਜਵਾਬ ਦੇ ਸਕਦਾ ਪਰ ਮੇਰੇ ਕੋਲ ਵਕਤ ਨਹੀਂ ਹੈ ਇਸ ਕਰਕੇ ਮੈਂ ਪੋਸਟਪੋਨ ਕਰਤਾ ਖਤਮ ਕਰ ਦਿੱਤਾ ਜੋ ਤੂੰ ਕਿਹਾ ਪ੍ਰਵਾਨ ਸਾਰਾ ਕੁਝ ਪ੍ਰਵਾਨ ਹੈ ਹੂੰ ਕਈ ਬੰਦੇ ਬੜੇ ਕੋੜੇ ਹੁੰਦੇ ਆ ਕਿਸੇ ਨੇ ਸੈਮੀਨਾਰ ਦੇ ਵਿੱਚ ਕਿਸੇ ਦੀ ਬੇਇੱਜ਼ਤੀ ਕਰ ਦਿੱਤੀ ਜਿਸ ਦੇ ਕਰ ਦਿੱਤੇ ਉਸ ਨੇ ਬਾਅਦ ਵਿੱਚ ਬੋਲਣਾ ਸੀ ਉਹ ਆ ਕੇ ਕਹਿਣ ਲੱਗਿਆ ਕਹਿੰਦਾ ਮੈਂ ਜੇ કહਾਂ ਇਹਨੂੰ ਕੁੱਤਾ ਸਾਬਤ ਕਰ ਸਕਦਾ ਹਾਂ ਮੈਂ ਜੇ કહਾਂ ਇਸਨੂੰ ਖੋਤਾ ਸਾਬਤ ਕਰ ਸਕਦਾ ਹਾਂ ਮਤਲਬ ਉਹਨੇ ਪੰਜ-ਸੱਤ ਹੋਰ ਗਨਵਾਦਤੇ ਪਰ ਕਹਿੰਦਾ ਨਹੀਂ ਫੇਰ ਵੀ ਇਹ ਮੇਰੇ ਵਰਗਾ ਹੀ ਆਦਮੀ ਹੈ ਕਹਿ ਵੀ ਦਿੱਤਾ ਤੇ ਕਰ ਵੀ ਲਿਆ ਹੂੰ ਕਈ ਬੜੇ ਸਿਆਣੇ ਹੁੰਦੇ ਆ ਦੋ ਦੋਸਤ ਸੀ ਬੈਠੇ ਹੋਏ ਸੀ ਤੇ ਇੱਕ ਦੋਸਤ ਨੇ ਉਹਨਾਂ ਦੀ ਪ੍ਰਸ਼ੰਸਾ ਕਰਨੀ ਸੀ ਉਸਨੇ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕਿਸ ਨੂੰ ਪਹਿਲਾਂ ਮੁਖਾਤਬ ਹੋਵਾਂ ਮੈਨੂੰ ਆਸ ਹੈ ਕਿ ਜਸਵੰਤ ਸਿੰਘ ਮੈਨੂੰ ਮਾਫ ਕਰਨਗੇ ਜੇਕਰ ਮੈਂ ਭਗਵੰਤ ਸਿੰਘ ਦੀ ਗੱਲ ਪਹਿਲਾਂ ਕਰ ਲਵਾਂ ਗੱਲ ਨੂੰ ਨਿਪਟਾਉਣ ਦਾ ਢੰਗ ਆਉਂਦਾ ਹੈਗਾ ਬਿਲਕੁਲ ਇੱਕ ਵਾਰ ਇੱਕ ਬੰਦਾ ਸੀ ਜਿਹੜਾ ਵਿਦੇਸ਼ ਮੰਤਰੀ ਸੀ ਉਹ ਕਿਸੇ ਹੋਰ ਦੇਸ਼ ਦੇ ਵਿੱਚ ਖਾਣਾ ਖਾ ਰਿਹਾ ਸੀ। ਉੱਥੇ ਲੇਡੀਜ਼ ਬੈਠੀਆਂ ਸੀ, ਸੋਹਣਾ ਸੀ। ਜਿਹੜੇ ਸੋਹਣੇ ਬੰਦੇ ਹੁੰਦੇ ਆ ਨਾ ਉਹਨਾਂ ਨਾਲ ਯੂਰਪ ਦੀਆਂ ਔਰਤਾਂ ਜਿਹਨੂੰ ਸੰਬੰਧ ਬਣਾਉਂਦੀਆਂ ਨਾ ਉਹਦਾ ਵਿੱਚ ਤਰਕ ਬਿਲਡ ਕਰਦੀਆਂ। ਉਹ ਕਹਿੰਦੀਆਂ ਹੁੰਦੀਆਂ ਸਿਆਣੇ ਬੰਦੇ ਸਾਰੀ ਦੁਨੀਆ ਦੇ ਸਾਹੇ ਹੁੰਦੇ ਆ। ਭਈ ਇਹਨਾਂ ਨਾਲ ਸੰਬੰਧ ਬਣਾਉਣਾ ਕੋਈ ਮਾੜੀ ਗੱਲ ਨਹੀਂ ਹੈਗੀ। ਇਹ ਸਾਰੀ ਦੁਨੀਆ ਦੇ ਸਾਹੇ ਹੁੰਦੇ ਆ। ਉਹ ਦੋ ਸੀਗੇ ਅਤੇ ਉਹ ਉਹਨੂੰ ਪੁੱਛਦੀਆਂ ਭਈ ਜੇ ਅਸੀਂ ਦੋਵੇਂ ਡੁੱਬ ਰਹੀਆਂ ਹੋਈਏ ਤਾਂ ਤੁਸੀਂ ਕਿਸ ਨੂੰ ਬਚਾਓਗੇ ਹੂੰ ਕਿਸ ਇੱਕ ਨੂੰ ਬਚਾਓਗੇ ਉਹਨੇ ਸੋਚਿਆ ਥੋੜੀ देर ਬਾਅਦ ਇੱਕ ਨੂੰ ਕਹਿੰਦਾ ਕਹਿੰਦਾ ਤੁਹਾਨੂੰ ਤਾਂ ਸੁਮੀ ਆਉਂਦੇ ਆ ਮਤਲਬ ਕਿ ਡਿਪਲੋਮੈਟਿਕ ਜਿਹੜਾ ਨਾ ਹੂੰ ਟੈਕਟਫੁਲਨੈਸ ਜਿਹੜੀ ਹੈ ਨਾ ਉਹ ਵਰਤਣੀ ਚਾਹੀਦੀ ਹੈ ਗਿਆ ਬਦਲਾ ਨਹੀਂ ਲੈਣਾ ਚਾਹੀਦਾ ਟੈਕਟਫੁਲਨੈਸ ਕਈ ਵਾਰੀ ਕਿਸੇ ਵਿਆਹ ਦੇ ਵਿੱਚ ਕਿਸੇ ਨੇ ਕੋਈ ਗੱਲ ਕਹਿ ਦਿੱਤੀ ਤੇ ਜਿਸ ਨੂੰ ਕਹੀ ਉਹ ਉਸੇ ਵੇਲੇ ਹੀ ਲੜਨ ਲੱਗ ਪੈਂਦਾ ਹੈ ਕਿਸੇ ਸਮਾਗਮ ਦੇ ਵਿੱਚ ਲੜਨਾ ਨਹੀਂ ਚਾਹੀਦਾ ਕਿਸੇ ਸਮਾਗਮ ਦੇ ਵਿੱਚ ਕਹੀ ਹੋਈ ਕਿਸੇ ਗੱਲ ਦਾ ਬੁਰਾ ਨਹੀਂ ਮਨਾਉਣਾ ਚਾਹੀਦਾ ਕਿਸੇ ਦੇ ਭੋਗ ਤੇ ਕਿਸੇ ਨੇ ਕੋਈ ਗੱਲ ਕਹਿ ਦਿੱਤੀ ਉਹਦਾ ਬੁਰਾ ਨਹੀਂ ਮਨਾਉਣਾ ਚਾਹੀਦਾ ਜੇਕਰ ਤੁਸੀਂ ਬਦਲਾ ਲੈਣਾ ਵੀ ਹੈ ਤਾਂ ਬੜੀ ਉਮਰ ਪਈ ਹੈ ਹਾਂ ਹਾਂ ਇੱਕ ਲੜਕੇ ਸੀਗੇ ਉਸ ਨੇ ਆਪਣੇ ਇੱਕ ਜਮਾਤਣ ਦੇ ਆਵਲ ਔਣ ਕਰਕੇ ਉਸ ਦੀ ਹਰ ਚੀਜ਼ ਜਿਹੜੀ ਸੀ ਨਾ ਕੈਂਚੀ ਲੈ ਕੇ ਕੱਟ ਦਿੱਤੀ ਹੂੰ ਉਹਦੇ ਕੱਪੜੇ ਕੱਟ ਦਿੱਤੇ ਉਹਦੇ ਸੈਂਡਲ ਦੀਆਂ ਜਿਹੜੀਆਂ ਬਧਰੀਆਂ ਹੁੰਦੀਆਂ ਉਹ ਕੱਟ ਦਿੱਤੀਆਂ ਵਗੈਰਾ ਵਗੈਰਾ ਤੇ ਉਹਦਾ ਪਰਸ ਵੀ ਖੋ ਲਿਆ ਉਹ 1 ਮਹੀਨਾ ਬਿਨਾਂ ਪੈਸਿਆਂ ਦੇ ਮਤਲਬ ਹੋਸਟਲ ਵਿੱਚ ਰਹੀ ਕਾਰ ਨਹੀਂ ਜਾ ਸਕੀ ਕਿਉਂਕਿ ਉਹਦੇ ਕੋਲ ਪੈਸੇ ਨਹੀਂ ਸੀ ਹੂੰ ਉਹ ਦੱਸ ਰਹੇ ਸੀ ਦੋਜੀ ਲੜਕੀ ਜਿਹੜੀ ਜਿਹਨੇ ਉਹਦਾ ਕਟੇ ਸੀ ਉਸ ਨੂੰ ਉਹ ਇੱਕ ਵਿਆਹ ਤੇ ਮਿਲ ਗਈ ਤੇ ਕਿਉਂਕਿ ਉਹਨੇ ਉਹਦਾ ਬੜਾ ਨੁਕਸਾਨ ਕੀਤਾ ਸੀ ਤੇ ਉਸ ਨੂੰ ਡਰ ਸੀ ਇਹ ਮੈਨੂੰ ਹੁਣ ਲੜੇ ਗਈ ਮੇਰੇ ਨਾਲ ਪਰੰਤੂ ਉਸ ਨੇ ਉਸ ਨਾਲ ਇਤਨਾ ਚੰਗਾ ਵਿਹਾਰ ਕੀਤਾ ਉਸ ਨੂੰ ਬਾਅਦ ਵਿੱਚ ਸਮਝ ਆਈ ਬਈ ਇਹ ਵੀ ਬਦਲਾ ਲੈਣ ਦਾ ਟੰਗ ਹੈ ਸੋ ਬਦਲਾ ਨਾ ਲਓ ਦੂਜੇ ਨੂੰ ਮਿਹਰਬਾਨੀਆਂ ਨਾਲ ਮਿਹਰਬਾਨੀਆਂ ਨਾਲ ਬਿਲਕੁਲ ਇੱਕ ਲੜਕੇ ਸੇ ਉਸ ਦਾ ਜਮਾਤੀ ਜਿਹੜਾ ਸੀ ਨਾ ਬਿਮਾਰ ਸੀ ਉਸ ਨੂੰ ਪਤਾ ਲੱਗਿਆ ਚੰਗਾ ਬੰਦਾ ਸੀ ਚੰਗਾ ਮੁੰਡਾ ਸੀ ਉਹਨੇ ਉਹ ਪੜ੍ਹਾਈ ਦੇ ਦੌਰਾਨ ਉਸ ਦੀ ਮਦਦ ਕੀਤੀ ਸੀ ਉਹ ਉਸ ਦੀ ਸਿਹਤਯਾਬੀ ਦੀ ਅਰਦਾਸ ਕਰਨਾ ਚਾਹੁੰਦੀ ਸੀ ਬੜੀ ਬ੍ਰੇਕ ਗੱਲ ਹੈਗੀ ਐ ਸਟਲ ਗੱਲ ਹੈਗੀ ਐ ਹਾਂਜੀ ਤੇ ਉਸਨੇ ਪਹਿਲਾਂ ਆਪਣੇ ਮਨ ਨੂੰ ਸ਼ੁੱਧ ਕਰਨ ਬਾਰੇ ਸੋਚਿਆ। ਉਸਨੇ ਸਾਰੇ ਘਰ ਦੀ ਸਫਾਈ ਕੀਤੀ। ਆਪਣੀਆਂ ਅਲਮਾਰੀਆਂ ਦੇ ਵਿੱਚ ਕੱਪੜੇ ਵਗੈਰਾ ਜਿਹੜੇ ਸੀਗੇ ਉਹ ਠੀਕ ਤਰ੍ਹਾਂ ਰੱਖੇ। ਜੋ ਕੁਝ ਵੀ ਠੀਕ ਕਰਨ ਵਾਲਾ ਸੀ ਕੀਤਾ। ਮਤਲਬ ਆਪਣਾ ਹਿਰਦਾ ਸ਼ੁੱਧ ਕਰਕੇ ਉਹਨੇ ਅਰਦਾਸ ਕੀਤੀ। ਹੂੰ। ਸੋ ਜੇਕਰ ਸਾਡਾ ਹਿਰਦਾ ਹੀ ਸ਼ੁੱਧ ਨਹੀਂ ਹੈ ਤਾਂ ਸਾਡੀ ਅਰਦਾਸ ਦਾ ਵੀ ਕੋਈ ਅਸਰ ਨਹੀਂ ਹੋਏਗਾ। ਬਿਲਕੁਲ। ਅਰਦਾਸ ਦਾ ਕੋਈ ਅਸਰ ਨਹੀਂ ਹੁੰਦਾ ਅਰਦਾਸ ਦਾ ਅਸਰ ਤਾਂ ਹੋਏਗਾ ਜੇਕਰ ਤੁਸੀਂ ਸ਼ੁੱਧ ਹਿਰਦੇ ਦੇ ਨਾਲ ਜਿਹੜਾ ਹੈ ਇਹ ਤੇ ਜਿਵੇਂ ਕਹਣਾ ਹੈ ਹੇ ਵਾਹਿਗੁਰੂ ਮੇਰੇ ਦੋਸਤਾਂ ਨੂੰ ਜਿਉਂਦਾ ਰੱਖੇ ਤੇ ਮੈਨੂੰ ਉਹਨਾਂ ਦਾ ਸਾਥ ਦੇ ਸੋ ਆਪਣਾ ਵੀ ਮੰਗ ਰਿਹਾ ਕੋਈ ਲੜਕੀ ਆਪਣੀ ਮਾਂ ਨੂੰ ਕਹਿ ਰਹੀ ਹੈ ਹੇ ਪ੍ਰਮਾਤਮਾ ਮੈਂ ਆਪਣੇ ਵਾਸਤੇ ਕੁਝ ਨਹੀਂ ਮੰਗਦੀ ਮੇਰੀ ਮਾਂ ਨੂੰ ਇੱਕ ਚੰਗਾ ਜਿਹਾ ਜਵਾਈ ਦੇ ਦੇ ਸੋ ਕੋਈ ਗੱਲਾਂ ਹੱਸ ਕੇ ਟਾਲ ਦੇਣੀਆਂ ਹੁੰਦੀਆਂ ਹੂੰ ਕੁਝ ਗੱਲਾਂ ਨਜ਼ਰ ਅੰਦਾਜ਼ ਕਰ ਦੇਣੀਆਂ ਹੁੰਦੀਆਂ ਤੇ ਇਹ ਬੜੀਆਂ-ਬੜੀਆਂ ਜੁਗਤਾ ਹਨ ਜੇ ਤੁਸੀਂ ਹੱਸ ਕੇ ਹੱਸ ਕੇ ਟਾਲਣ ਵਾਲੇ ਬੰਦੇ ਨਾਲ ਨਹੀਂ ਕੋਈ ਲੜਦਾ ਹੁੰਦਾ ਹੱਸ ਕੇ ਟਾਲਣ ਵਾਲੀ ਇਸਤਰੀ ਜਿਹੜੀ ਹੈਗੀ ਸਭ ਜਗ੍ਹਾ ਕਾਮਯਾਬ ਹੁੰਦੀ ਹੈ ਉਸ ਤੇ ਕੋਈ ਤੋਮਤ ਵੀ ਨਹੀਂ ਲੱਗਦੀ ਹੈਗੀਆ ਤੋਮਤ ਲਾਉਣ ਵਾਲਾ ਨਹੀਂ ਮਰ ਜਾਂਦਾ ਤੋਮਤ ਵੀ ਨਹੀਂ ਮਿਲ ਜਾਂਦੀ ਹੈ ਉਸ ਦਾ ਦਰਜਾ ਜਿਹੜਾ ਹੈ ਉੱਚਾ ਹੁੰਦਾ ਹੈਗਾ ਜੇ ਤੁਸੀਂ ਵੱਡੇ ਹੋ ਜੇ ਤੁਸੀਂ ਜਿਆਦੇ ਸਮਰਥਾਵਾਨ ਹੋ ਜੇ ਤੁਸੀਂ ਵਿਦਵਾਨ ਹੋ ਜੇ ਤੁਸੀਂ ਜ਼ਿੰਦਗੀ ਵਧੇਰੇ ਵੇਖੀ ਹੈ ਤਾਂ ਤੁਹਾਡੇ ਵਿੱਚ ਮਾਫ ਕਰਨ ਦੀ ਬਿਰਤੀ ਹੋਣੀ ਚਾਹੀਦੀ ਹੈ ਮਾਫ ਕਰਨ ਦੀ ਬਿਰਤੀ ਨਾਲ ਤੁਸੀਂ ਸੁਕੇ ਹੋਮ ਹੋਗੇ ਇੱਕ ਬੰਦਾ ਬਿਮਾਰ ਸੀ ਤੇ ਡਾਕਟਰ ਕੋਲ ਗਿਆ ਡਾਕਟਰ ਨੇ ਕਿਹਾ ਜੋ ਕੁਝ ਵੀ ਤੁਹਾਡੇ ਜ਼ਿੰਦਗੀ ਦੇ ਵਿੱਚ ਵਿਗੜਿਆ ਹੋਇਆ ਨਾ ਉਹਨੂੰ ਠੀਕ ਕਰ ਲਓ ਤੁਸੀਂ ਠੀਕ ਹੋ ਜਾਓਗੇ ਠੀਕ ਹੋ ਜਾਓਗੇ ਬਿਲਕੁਲ ਉਹ ਕਹਿੰਦਾ ਮੇਰਾ ਨਲਕਾ ਜਿਹੜਾ ਨਾ ਉਹ ਚੋਈ ਜਾਂਦਾ ਉਹ ਠੀਕ ਕਰਵਾਇਆ ਉਹਨੇ ਇਹ ਟਿਊਬ ਸੀ ਉਹ ਜੁਗਦੀ ਪੁਜਦੀ ਸੀ ਉਹ ਠੀਕ ਕਰਵਾਇਆ ਪੁੱਤਰ ਜਿਹੜਾ ਸੀ ਉਹ ਘਰੋਂ ਕੱਢਿਆ ਹੋਇਆ ਸੀ ਉਹਨੂੰ ਵਾਪਸ ਬੁਲਾ ਲਿਆ ਗਵਾਂਢੀ ਦੇ ਨਾਲ ਕੰਤ ਦਾ ਝਗੜਾ ਸੀ ਉਹ ਸਮਝੌਤਾ ਕਰ ਲਿਆ ਮਹੀਨੇ ਬਾਅਦ ਡਾਕਟਰ ਨੂੰ ਜਾ ਕੇ ਕਹਿੰਦਾ ਡਾਕਟਰ ਸਾਹਿਬ ਹੁਣ ਮੈਨੂੰ ਨੀਂਦ ਬੜੀ ਚੰਗੀ ਆਉਂਦੀ ਹੈ ਉਹ ਕਹਿੰਦਾ ਤੇਰੀ ਨੈਗੇਟਿਵਿਟੀ ਜੇ ਦੂਰ ਹੋ ਗਈ ਹੈ ਤੇਰੇ ਮਨ ਦੇ ਵਿੱਚ ਜਿਹੜੀ ਕੁੜੈਤਨ ਸੀ ਉਹ ਦੂਰ ਹੋ ਗਈ ਹੈ ਜਦੋਂ ਦੂਰ ਹੋ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਸਭ ਕੁਝ ਠੀਕ ਹੋ ਜਾਂਦਾ ਤੈਨੂੰ ਕਹਿੰਦਾ ਕੇਵਲ ਨੀਂਦ ਹੀ ਨਹੀਂ ਚੰਗੀ ਆਊਗੀ ਤੈਨੂੰ ਭੋਜਨ ਵੀ ਚੰਗਾ ਸਾਜ਼ਮ ਆਊਗਾ ਤੈਨੂੰ ਜਿਹੜਾ ਮਿਲੇਗਾ ਉਹ ਚੰਗਾ ਲੱਗੇਗਾ ਜਿਹੜਾ ਮਿਲੇਗਾ ਤੈਨੂੰ ਪਿਆਰਾ ਲੱਗੇਗਾ ਜਿਹੜਾ ਮਿਲੇਗਾ ਤੂੰ ਉਹ ਨਾਲ ਚੰਗਾ ਬੋਲੇਗਾ ਉਹ ਤੇਰੇ ਨਾਲ ਚੰਗਾ ਬੋਲੇਗਾ ਤੇਰੇ ਨਾਲ ਸਤਿਕਾਰ ਨਾਲ پیش ਆਵੇਗਾ ਸੋ ਜ਼ਿੰਦਗੀ ਜਿਹੜੀ ਹੈ ਉਹ ਬੜੀ ਖੂਬਸੂਰਤ ਹੈ ਪਰੰਤੂ ਇਹ ਬਦਲੇ ਲੈਣ ਵਾਸਤੇ ਨਹੀਂ ਹੈ ਬਦਲੇ ਲੈਣ ਤੋਂ ਮੁਕਤ ਹੋ ਬਦਲਾ ਲੈਣਾ ਜਿਹੜਾ ਹੈ ਕਦੇ ਵੀ ਕਿਸੇ ਨੂੰ ਵੱਡਾ ਨਹੀਂ ਬਣਾਉਂਦਾ ਬਦਲਾ ਲੈਣ ਵਾਲਾ ਬੰਦਾ ਕਦੇ ਅਮੀਰ ਨਹੀਂ ਬਣਦਾ ਬਦਲਾ ਲੈਣ ਵਾਲਾ ਬੰਦਾ ਕਦੇ ਕਾਮਯਾਬ ਨਹੀਂ ਹੁੰਦਾ ਜੇਕਰ ਕਾਮਯਾਬ ਹੋਣਾ ਹੈ ਜੇਕਰ ਸਫਲ ਹੋਣਾ ਹੈ ਜੇਕਰ ਵਿਕਾਸ ਕਰਨਾ ਹੈ ਤਰੱਕੀ ਕਰਨੀ ਹੈ ਚੰਗੇ ਲੋਕਾਂ ਦੇ ਸੰਪਰਕ ਵਿੱਚ ਆਉਣਾ ਤਾਂ ਬਦਲਾ ਲੈਣ ਦੀ ਭਾਵਨਾ ਜਿਹੜੀ ਹੈਗੀ ਆ ਉਹ ਦੂਰ ਕਰੋ ਕਈ ਪੁੱਛਦੇ ਹਨ ਤੁਹਾਡੇ ਤੋਂ ਵੀ ਉਹ ਬੰਦਾ ਕਿਹੋ ਜਿਹਾ ਹੈ ਉਹ ਬੰਦਿਆਂ ਵਰਗਾ ਬੰਦਾ ਹੈ ਚੰਗਾ ਜਿਹੋ ਜੇ ਤੁਸੀਂ ਹੋ ਤੁਸੀਂ ਉਹੋ ਜੇ ਬਣ ਜਾਓਗੇ ਕੋਈ ਬੰਦਾ ਕਿਸੇ ਸ਼ਹਿਰ ਦੇ ਵਿੱਚ ਗਿਆ ਤੇ ਉਥੋਂ ਜਾ ਕੇ ਪੁੱਛਦਾ ਵੀ ਇੱਥੇ ਲੋਕ ਕਿਹੋ ਜਿਹੇ ਆ ਵਪਾਰ ਕਰਨ ਦੇ ਦ੍ਰਿਸ਼ਟੀ ਨਾਲ ਗਿਆ ਸੀ ਕਹਿੰਦਾ ਤੁਸੀਂ ਕਿੱਥੋਂ ਆਏ ਹੋ ਕਹਿੰਦਾ ਮੈਂ ਜੋਧਪੁਰ ਤੋਂ ਆਇਆ ਕਹਿੰਦਾ ਜੋਧਪੁਰ ਕਿਹੋ ਜਿਹੇ ਆ ਕਹਿੰਦਾ ਜੋਧਪੁਰ ਦੇ ਤਾਂ ਬੜੇ ਬੇਈਮਾਨ ਹੈ ਬੜੇ ਚਾਲਬਾਜ਼ ਆ ਬੜੇ ਧੋਖੇਬਾਜ਼ ਆ ਕਹਿੰਦਾ ਇੱਥੇ ਵੀ ਉਹੋ ਜਿਹੇ ਹੀ ਆ ਕਿਸੇ ਹੋਰ ਨੇ ਪੁੱਛਿਆ ਵੀ ਇੱਥੇ ਕਿਹੋ ਜਿਹੇ ਆ ਉਹ ਕਹਿੰਦਾ ਤੁਸੀਂ ਕਿੱਥੋਂ ਆਏ ਹੋ ਕਹਿੰਦਾ ਮੈਂ ਉਦੇਪੁਰ ਤੋਂ ਆਇਆ ਉਥੇ ਕਿਹੋ ਜਿਹੇ ਆ ਉਥੇ ਕਹਿੰਦਾ ਬੜੇ ਭਲੇ ਮਨੁਸ ਹੈ ਬੜੇ ਚੰਗੇ ਹੈ ਬੜੇ ਮਲਾਪੜੇ ਹੈ ਬੜੇ ਹਮਦਰਦ ਹੈ ਬੜੇ ਸਹਿਯੋਗੀ ਹੈ ਕਹਿੰਦਾ ਇੱਥੇ ਵੀ ਉਹ ਜਿਹੇ ਆ ਜਿਹੋ ਜਿਹੇ ਤੁਸੀਂ ਉਹ ਉਹ ਜਿਹੇ ਤੁਹਾਨੂੰ ਮਿਲਣਗੇ ਜੇਕਰ ਤੁਸੀਂ ਬਦਲਾ ਲੈਣ ਵਾਲੇ ਹੈ ਕਿਉਂ ਤਾਂ ਤੁਹਾਨੂੰ ਜਿਹੜਾ ਮਿਲੇਗਾ ਉਹ ਬਦਲਾ ਲੈਣ ਵਾਲਾ ਹੀ ਮਿਲੇਗਾ ਇਸ ਤੋਂ ਮਤਲਬ ਬੜਾ ਸਿੰਪਲ ਤਰੀਕਾ ਹੈਗਾ ਤੁਸੀਂ ਬਦਲਾ ਲੈਣਾ ਬੜਾ ਔਖਾ ਕੰਮ ਹੈ ਬਦਲਾ ਲੈਣ ਦੇ ਵਿੱਚ ਤੁਹਾਡਾ ਨੁਕਸਾਨ ਹੋਇਆ ਜਦੋਂ ਅਸੀਂ ਕਿਸੇ ਨੂੰ ਕੁੱਟਦੇ ਆ ਨਾ ਤਾਂ ਸੇ ਵਾਹਤਾ ਹੀ ਕੁੱਟਦੇ ਆ ਨਹੀਂ ਤਾਂ ਉਹ ਜੇਕਰ ਉਹਦਾ ਵਾਸ ਚੱਲ ਪਿਆ ਨਾ ਫਿਰ ਉਹਨੇ ਸਾਨੂੰ ਕੁੱਟਣਾ ਸ਼ੁਰੂ ਕਰ ਦੇਣਾ ਜਦੋਂ ਉਹਨੇ ਕਰ ਦੇਣਾ ਫਿਰ ਸਾਡਾ ਨਹੀਂ ਕੋਈ ਚੱਲਣਾ ਹੋ ਸਕਤੇ ਸਾਨੂੰ ਕੁੱਟ ਪਏਗੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਵਾਸਤੇ ਨਿੱਕੀਆਂ ਮੋਟੀਆਂ ਗਲਤੀਆਂ ਨੂੰ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਨਾ ਸਿੱਖੋ ਔਰ ਮੈਂ ਖਾਸ ਤੌਰ ਤੇ ਕਹਾਂਗਾ ਕਿ ਤੁਹਾਡੀ ਪਤਨੀ ਉਤਨੀ ਹੀ ਸਿਆਣੀ ਹੈ ਜਿੰਨੀ ਸਿਆਣੀ ਤੁਸੀਂ ਉਸ ਨੂੰ ਸਮਝਦੇ ਹੋ ਉਸ ਨੂੰ ਸਿਆਣੀ ਸਮਝ ਜਿਹੜੀ ਤੁਹਾਡੀ ਦੇਖਭਾਲ ਕਰਦੀ ਹੈ ਉਹ ਸਿਆਣੀ ਹੀ ਹੈ ਉਹ ਮੂਰਖ ਕਿਵੇਂ ਹੋ ਸਕਦੀ ਹੈਗੇ ਸੋ ਪਤੀ ਪਤਨੀਆਂ ਨੂੰ ਪਿਆਰ ਨਾਲ ਮੁਹੱਬਤ ਨਾਲ ਰਹਿਣਾ ਚਾਹੀਦਾ ਹੈਗਾ ਇਹ ਜ਼ਿੰਦਗੀ ਬੜੇ ਆਨੰਦ ਆ ਮੈਂ ਪਰਸਨਲੀ ਫੀਲ ਕਰਦਾ ਬਦਲਾ ਲੈਣ ਬਾਰੇ ਸੋਚਣਾ ਹੀ ਗਲਤ ਹੈਗਾ ਜਿਵੇਂ ਆਪਾਂ ਕਹਿੰਦੇ ਆ ਕਿ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਤੁਸੀਂ ਆਪਣੇ ਮਨ 'ਚ ਨਾ ਰੱਖੋ ਸੰਨੇ ਵੀ ਇਹੀ ਕਿਹਾ ਕਿ ਤੁਹਾਡੀ ਤਰੱਕੀ ਦੇ ਰਾਹ ਦੇ ਵਿੱਚ ਉਹੀ ਚੀਜ਼ਾਂ ਰੋੜਾ ਬਣਦੀਆਂ ਨੇ ਅਕਸਰ ਹੀ ਆਪਾਂ ਕਹਿੰਦੇ ਹੁੰਨੇ ਆ ਕਿ ਸਰੀਰ ਨੂੰ ਜਿੰਨੀ ਕੁ ਤੁਸੀਂ ਖਰਾਕ ਦਿੰਨੇ ਹੋ ਉਹ ਓਨਾ ਕੁ ਤੰਦਰੁਸਤ ਰਹਿੰਦਾ ਤੇ ਮਨ ਨਾਲ ਵੀ ਇਹੀ ਹੁੰਦਾ ਜਿੰਨੀ ਕੁ ਖਰਾਕ ਤੁਸੀਂ ਮਨ ਨੂੰ ਕਿਵੇਂ ਦੀ ਦੇ ਰਹੇ ਹੋ ਉਹ ਓਨਾ ਹੀ ਤੰਦਰੁਸਤ ਰਹਿੰਦਾ ਤੇ ਇਸ ਲਈ ਬਹੁਤ ਸਾਰੀਆਂ ਨਾਰਾਜ਼ਗੀਆਂ ਸ਼ਿਕਵੇ ਨੇ ਜਿਹੜੇ ਉਹਨਾਂ ਨੂੰ ਮਨ 'ਚ ਨਾ ਰੱਖਿਆ ਕਰੋ ਚੜ੍ਹਦੀ ਕਲਾ ਚ ਰਹੋ ਹਮੇਸ਼ਾ ਦੂਜਿਆਂ ਨੂੰ ਮਾਫ ਕਰਨ ਨਾਲ ਹੀ ਤੁਸੀਂ ਅੱਗੇ ਵਧ ਸਕਦੇ ਹੋ ਤੇ ਖਾਸ ਕਰਕੇ ਸਾਡੇ ਜਿਹੜੇ ਰਿਸ਼ਤੇ ਨਾਤੇ ਹੁੰਦੇ ਆ ਸਾਡੇ ਭੈਣ ਭਰਾ ਚਾਹੇ ਉਹ ਪਤੀ ਆ ਜਾਂ ਪਤਨੀ ਆ ਉਹਨਾਂ ਸਾਰੇ ਰਿਸ਼ਤਿਆਂ ਦੇ ਵਿੱਚ ਥੋੜਾ ਜਿਹਾ ਜਿਹੜਾ ਆਪਣਾ ਦਿਲ ਆ ਉਹਨੂੰ ਮੋਕਲਾ ਰੱਖਿਆ ਕਰੋ ਤੇ ਇਸੇ ਚੀਜ਼ ਨਾਲ ਇਸੇ ਤੀਰਜ ਨਾਲ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋ ਸਕਦੇ ਹੋ ਅਗਲੀ ਵਾਰ ਫਿਰ ਤੋਂ ਸਰਨਾ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ